ਭਾਈ ਗੁਰਸ਼ਰਨ ਸਿੰਘ ਜੀ ਲੁਧਿਆਣਾ ਵਾਲਿਆਂ ਦੀ ਰਸ ਭਿੰਨੀ ਆਵਾਜ਼ ਵਿੱਚ ਹਰ ਵੇਲੇ ਕਥਾ ਕੀਰਤਨ ਅਤੇ ਸਿਮਰਨ ਦਾ ਆਨੰਦ ਮਾਨਣ ਲਈ ਭਾਈ ਗੁਰਸ਼ਰਨ ਸਿੰਘ ਜੀ ਆਫੀਸ਼ੀਅਲ ਚੈਨਲ YouTube ਨੂੰ ਸਬਸਕ੍ਰਾਈਬ ਕਰੋ ਅਤੇ ਨਵੇਂ ਕੀਰਤਨ ਵੀਡੀਓਜ਼ ਲਈ ਬੈਲ ਆਈਕਨ ਨੂੰ ਜ਼ਰੂਰ ਦਬਾਓ ਅਤੇ ਆਲ ਨੂੰ ਸਿਲੈਕਟ ਕਰੋ। ਇਸ ਨਾਲ ਹਰ ਨਵੇਂ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਦੇ ਮੋਬਾਈਲ ਤੇ ਆਏਗਾ, ਫਿਰ ਤੁਸੀਂ ਉਸ ਦਾ ਆਨੰਦ ਮਾਣ ਸਕਦੇ ਹੋ। ਗੁਰੂ
ਨਾਹੀ ਭੇਦ ਪਾਰ ਬਰਮ ਨਾਨਕ ਸੋ ਦੇ ਸਿਮਰਤ ਵੇਦ ਨਾਨਕ ਸੋ ਦੇ ਸਿਮਰਤ ਵੇਦ ਨਾਨਕ ਸੋ ਦੇ ਨਾਨਕ ਸੋ ਦੇ ਸਿਮਰਤ ਵੇਦ ਕੀ ਭਾਵਨਾ ਹੋਵੇ ਹਰ ਬਰਮ ਬਾਜਾਂ ਵਾਲੇ ਦੇ ਪਿਆਰ 'ਚ ਬੈਠੇ ਹੋ ਮੈਂ ਚਰਨਾਂ 'ਚ ਬੇਨਤੀ ਕਰਦਿਆਂ ਸਾਰੀ ਸੰਗਤ ਦੇ ਆ ਭਾਵਨਾ ਰੱਖ ਕੇ ਬੈਠੇ ਹੋ ਇਹ ਭਾਵਨਾ ਰੱਖ ਕੇ ਕਿਉਂ ਭਾਵਨਾ ਨੂੰ ਭਾਗ ਨੇ ਜੀ ਭਾਵਨਾ ਨੂੰ ਭਾਗ ਨੇ ਅੱਜ ਇਹ ਭਾਵਨਾ ਰੱਖ ਕੇ ਬੈਠੇ ਹੋ ਕਿ ਉਹ ਪਾਰ ਬ੍ਰਹਮ ਤੇ ਮੇਰੇ ਗੁਰੂ ਦੇ ਵਿੱਚ ਕੋਈ ਫਰਕ ਨਹੀਂ ਆਖੋ ਸਤਨਾਮ ਅੱਗੇ ਪੰਕਤੀਆਂ ਆਣਗੀਆਂ ਅੱਗੇ ਪੰਕਤੀਆਂ ਆਣਗੀਆਂ ਜਿੱਥੋਂ ਤੁਹਾਨੂੰ ਖੁਲਾਸਾ ਹੁੰਦਾ ਜਾਏਗਾ ਖੁਲਾਸਾ ਕਿ ਗੁਰੂ ਵਿੱਚ ਤੇ ਉਹ ਪਾਰ ਬ੍ਰਹਮ 'ਚ ਕੋਈ ਭੇਦ ਨਹੀਂ ਜੇ ਕੋਈ ਭੇਦ ਨਹੀਂ ਵੇਖਣ ਵਾਲੀ ਅੱਖ ਹੋਣੀ ਚਾਹੀਦੀ ਹੈ ਸਿੱਖਾ ਆਪਣੇ ਗੁਰੂ ਵਿੱਚ ਤੈਨੂੰ ਪਾਰ ਬ੍ਰਹਮ ਨਜ਼ਰ ਆਵੇ ਕੀ ਕਹਿੰਦੇ ਪਾਰ ਬ੍ਰਹਮ ਗੁਰ ਨਾਹੀ ਭੇਦ ਪਾਰ ਬ੍ਰਹਮ ਖੁੱਲ ਕੇ ਬੋਲੋ ਖੁੱਲ ਕੇ ਬੋਲੋ ਨਾਨਕ ਸੋ ਦੇ ਸਿਮਰਤ ਵੇਦ ਨਾਨਕ ਸੋ ਦੇ ਸਿਮਰਤ ਵੇਦ ਨਾਨਕ ਸੋ ਦੇ ਸਿਮਰਤ ਵੇਦ ਨਾਨਕ ਸੋ ਦੇ ਸਾਰੇ ਵੇਦ ਕਦੇਵ ਸੋਧ ਕੇ ਵੇਖ ਲੇ ਕਹਿੰਦੇ ਮੈਂ ਸਾਰੇ ਵੇਦ ਕਦੇਵ ਸੋਧ ਕੇ ਵੇਖ ਲੇ ਤੇ ਇਹ ਤੱਤ ਕੱਢ ਲਿਆ ਤੱਤ ਤੱਤ ਕੀ ਹੈ ਪਾਰ ਬ੍ਰਹਮ ਸਾਰੇ ਪਾਰ ਬ੍ਰਹਮ ਗੁਰ ਨਾਹੀ
ਸਤਿਗੁਰ ਮੇਰੇ ਸੱਚਾ ਸਾਜ, ਸਤਿਗੁਰ ਮੇਰਾ ਤੇ ਮੋਹਤਾਜ, ਸਤਿਗੁਰ ਮੇਰੇ ਸੱਚਾ ਸਾਜ, ਸਤਿਗੁਰ ਮੇਰਾ ਸਭਸ ਕਾ ਦਾਤਾ, ਸਤਿਗੁਰ ਮੇਰਾ ਪੁਰਖ ਵਿਦਾਤਾ, ਸਤਿਗੁਰ ਮੇਰਾ ਸਭਸ ਕਾ ਦਾਤਾ, ਸਤਿਗੁਰ ਮੇਰਾ ਪੁਰਖ ਵਿਦਾਤਾ, ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਪਾਗ ਸੋਲਾਗਾ ਸੇਵ, ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਪਾਗ ਸੋਲਾਗਾ, ਜਿਸ ਮਸਤਕ ਪਾਗ ਸੋਲਾਗਾ ਸੇ, ਜਿਸ ਮਸਤਕ ਪਾਗ ਲਾਗਾ ਵੇਦ, ਨਾਨਕ ਸੋ ਦੇ ਸਿਮਰਤ ਵੇਦ, ਨਾਨਕ ਸੋ ਦੇ ਸਿਮਰਤ ਵੇਦ, ਨਾਨਕ ਸੋ ਦੇ ਸਿਮਰਤ ਵੇਦ, ਆਵਾ ਨਾਨਕ ਸੋ ਦੇ ਸਿਮਰਤ ਵੇਦ, ਨਾਨਕ ਸੋ ਦੇ ਸਿਮਰਤ ਵੇਦ, ਪਾਰ ਧੰਨ ਗੁਰ ਕਲਗੀਆਂ ਵਾਲੇ, ਧੰਨ ਗੁਰ ਬਾਜਾਂ ਵਾਲੇ, ਧੰਨ ਗੁਰ ਕਲਗੀਆਂ ਵਾਲੇ, ਧੰਨ ਗੁਰ ਕਲਗੀਆਂ ਵਾਲੇ, ਧੰਨ ਗੁਰ ਬਾਜਾਂ ਵਾਲੇ, ਧੰਨ ਗੁਰ ਕਲਗੀਆਂ ਵਾਲੇ, ਧੰਨ ਗੁਰ ਬਾਜਾਂ ਵਾਲੇ, ਧੰਨ ਗੁਰ ਕਲਗੀਆਂ ਵਾਲੇ, ਧੰਨ ਗੁਰ ਬਾਜਾਂ ਵਾਲੇ, ਧੰਨ ਗੁਰ ਕਲਗੀਆਂ ਵਾਲੇ ਵਾਲੇ, ਧੰਨ ਗੁਰ ਬਾਜਾਂ ਵਾਲੇ, ਧੰਨ ਗੁਰ ਕਲਗੀਆਂ ਵਾਲੇ, ਕਵਾਂਗੇ ਨਾ ਪਾਰ ਬਰਮ ਸਤਿਗੁਰ ਮੇਰਾ ਮਾਰ ਜੀਵਾਲੇ, ਸਤਿਗੁਰ ਮੇਰਾ ਸਰਬ ਪ੍ਰਤਪਾਲ,
ਸਤਿਗੁਰ ਮੇਰੇ ਕੀ ਵਡਿਆਈ ਪ੍ਰਗਟ ਭਈ ਹੈ ਸਭ ਨੀ ਥਾਈ ਸਤਿਗੁਰ ਮੇਰੇ ਕੀ ਵਡਿਆਈ ਪ੍ਰਗਟ ਭਈ ਹੈ ਸਭ ਨੀ ਥਾਈ ਹਾਂਜੀ ਪ੍ਰਗਟ ਭਈ ਹੈ ਸਭ ਨੀ ਥਾਈ ਪ੍ਰਗਟ ਭਈ ਹੈ ਸਭ ਨੀ ਸਤਿਗੁਰ ਮੇਰਾ ਧਰ ਦੀਵਾਨ ਸਤਿਗੁਰ ਮੇਰਾ ਤਾਣ ਨਿਤਾਣ ਸਤਿਗੁਰ ਮੇਰਾ ਧਰ ਦੀਵਾਨ ਸਤਿਗੁਰ ਕੈ ਹੋ ਸਤ ਬਲ ਜਾਇਆ ਪ੍ਰਗਟ ਮਾਰਗ ਜਿਨ ਕਰ ਦਿਖਲਾਇਆ ਸੇਵਿਆ ਤਿਸ ਦੁੱਖ ਨਾ ਸੰਤਾਪ ਜਿਨ ਗੁਰ ਸੇਵਿਆ ਤਿਸ ਕੋ ਨਾ ਪਿਆਪੈ ਜਿਨ ਗੁਰ ਸੇਵਿਆ ਤਿਸ ਦੁੱਖ ਨਾ ਸੰਤਾਪੈ ਨਾਨਕ ਸੋ ਦੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਸਿਮਰਤ ਵੇ ਨਾਨਕ ਸੋ ਦੇ ਸਿਮਰਤ ਕਵਾਂਗੇ ਨਾ ਹਾਰ ਬਰਮ ਗੁਰ ਨਾਹੀ ਭੇਦ ਹਾਰ ਬਰਮ ਗੁਰ ਨਾਹੀ ਭੇਦ ਹਾਰ ਬਰਮ ਸੋ ਦੇ ਸਿਮਰਤ ਵੇਦ ਨਾਨਕ ਸੋ ਦੇ ਸਿਮਰਤ ਵੇਦ ਨਾਨਕ ਸੋ ਦੇ ਹਰ ਬਰਮਾ
ਹਰ ਭਰਮ ਗੁਰ ਨਾਹੀ ਭੇਦ, 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 ਗੁਰ ਗੋਬਿੰਦ ਪਾਰ ਬ੍ਰਹਮ ਪੂਰਾ, 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 ਤਿਸੈ ਆਰਾਧ ਮੇਰਾ ਮਨ ਤੀਰਾ, ਮਨ ਇਹ ਮੇਰਾ ਮਨ ਕਿਧਰੇ ਧੀਰਜ ਚ ਆਉਣ ਵਾਲਾ ਸੀ, ਇਹ ਮੇਰਾ ਮਨ ਕਿਧਰੇ ਟਿਕਣ ਵਾਲਾ ਸੀ, ਗੁਰੂ ਗੋਬਿੰਦ ਪਾਰ ਬ੍ਰਹਮ ਪੂਰਾ, ਜਦੋਂ ਗੁਰੂ ਦੇ ਲੜ ਇਹ ਲੱਗਿਆ ਮਨ, ਜਦੋਂ ਗੁਰੂ ਬਚਨਾਂ ਤੇ ਕੀਤੀ ਇਹਨੇ ਕਮਾਈ, ਕਹਿੰਦੇ ਜਿਹੜਾ ਮਨ ਉਥਲ ਪੁਥਲ ਹੋਣ ਵਾਲਾ ਤ੍ਰਿਸ਼ਨਾ ਦੀ ਅੱਗ ਤੇ ਸੜਦਾ ਮਨ ਧੀਰਜ ਦੇ ਵਿੱਚ ਆ ਗਿਆ। ਸਤਨਾਮ ਤਿਸੈ ਆਰਾਧ ਮੇਰਾ ਮਨ ਤੀਰਾ, ਤਿਸੈ ਆਰਾਧ ਮੇਰਾ ਮਨ ਤੀਰਾ, ਪਾਰ ਬ੍ਰਹਮ ਗੁਰ ਨਾਹੀ ਭੇਦ, ਪਾਰ ਬ੍ਰਹਮ ਪਾਰ ਬ੍ਰਹਮ ਗੁਰ ਨਾਹੀ ਭੇਦ, ਪਾਰ ਬ੍ਰਹਮ ਗੁਰ ਨਾਹੀ ਭੇਦ, ਗੁਰ ਪਾਰ ਬ੍ਰਹਮ ਪਰਮੇਸ਼ਰ ਆਪ, ਗੁਰ ਪਾਰ ਬ੍ਰਹਮ ਪਰਮੇਸ਼ਰ ਆਪ, ਆਠ ਪੈਰ ਨਾਨਕ ਗੁਰ ਜਾਪ, ਗੁਰ ਪਾਰ ਬ੍ਰਹਮ ਪਰਮੇਸ਼ਰ ਆਪ ਆਪਣੇ ਗੁਰੂ ਦੇ ਵਿੱਚ ਰੱਬ ਨੂੰ ਵੇਖ, ਤੇਰੇ ਗੁਰੂ ਦੇ ਵਿੱਚੋਂ ਤੈਨੂੰ ਰੱਬ ਨਜ਼ਰ ਆਉਂਦਾ ਹੋਵੇ ਸਿੱਖਾ, ਐਵੇਂ ਰੱਬ ਦੂਜੇ ਤੀਜੇ ਪਾਸੇ ਨਾ ਘਟੋਲਣ ਤੁਰ ਪਈ, ਦੂਜੇ ਤੀਜੇ ਪਾਸੇ ਭਾਲਣ ਤੁਰ ਪਈ। ਆ ਸਾਹਿਬ ਨੇ ਅੱਜ ਖੁਲਾਸੇ ਕੀਤੇ ਨੇ, ਖੁਲਾਸੇ ਕੀਤੇ ਕਹਿੰਦੇ ਤੇਰੇ ਰੱਬ ਵਿੱਚ ਤੇ ਤੇਰੇ ਗੁਰੂ ਵਿੱਚ ਭਿੰਨ ਮਾਤਰ ਵੀ ਭੇਦ ਨਹੀਂ। ਆਖੋ ਸਤਨਾਮ, ਭਿੰਨ ਮਾਤਰ ਰੰਚਕ ਮਾਤਰ ਵੀ ਭੇਦ ਨਹੀਂ। ਅੱਗੇ ਦੇਖੋ ਕਿਵੇਂ ਖੁਲਾਸੇ ਕਰਦੇ ਸਾਨੂੰ, ਆ ਭਰਮ ਭੇਦ ਸਾਡੇ ਖੋਲ। ਕਈ ਕਹਿੰਦੇ ਗੁਰੂ ਹੋਰ ਰੱਬ ਹੋਰ, ਓਏ ਐਵੇਂ ਭੁਲੇਖੇ ਨਾ ਪਾਈ ਜਾਓ, ਐਵੇਂ ਭੁਲੇਖੇ ਨਾ ਪਾਈ ਜਾਓ। ਜਿਹਨੇ ਆਪਣੇ ਗੁਰੂ ਵਿੱਚੋਂ ਰੱਬ ਦੇ ਦਰਸ਼ਨ ਨਹੀਂ ਕੀਤੇ ਉਹਨੂੰ ਰੱਬ ਦੇ ਦਰਸ਼ਨ ਹੋ ਹੀ ਨਹੀਂ ਸਕਦੇ। ਆਖੋ ਸਤਨਾਮ, ਪਾਰ ਬ੍ਰਹਮ ਗੁਰ ਨਾਹੀ ਭੇਦ, ਪਾਰ ਬ੍ਰਹਮ ਗੁਰ ਨਾਹੀ ਭੇਦ, ਪਾਰ ਬ੍ਰਹਮ ਅਪਰੰਪਰ ਸਤਿਗੁਰ, ਪਾਰ ਬ੍ਰਹਮ ਅਪਰੰਪਰ ਸਤਿਗੁਰ। ਇਸ ਤੋਂ ਖੁੱਲਿਆ ਫੈਸਲਾ ਕੀ ਹੋਏਗਾ? ਕਹਿੰਦੇ ਪਾਰ ਬ੍ਰਹਮ ਜਿਹੜਾ ਅਪਰੰਪਰ ਹੈ, ਪਰੇ ਤੋਂ
ਤੋਂ ਪਰੇ, ਪਰੇ ਤੋਂ ਪਰੇ ਜਿਹਦਾ ਕੋਈ ਅੰਤ ਨਹੀਂ, ਉਸ ਪਰਮੇਸ਼ਰ ਦਾ ਜਿਹੜਾ ਪਰੇ ਤੋਂ ਪਰੇ ਆ ਸਾਹਿਬ ਕਹਿੰਦੇ ਉਹ ਪਰਮੇਸ਼ਰ ਜਿਹੜਾ ਪਰੇ ਤੋਂ ਪਰੇ ਆ, ਪਤਾ ਕੌਣ ਹੈ? ਕੌਣ ਹੈ? ਕਹਿੰਦੇ ਉਹ ਮੇਰਾ ਸਤਿਗੁਰ ਹੈ। ਆਖੋ ਸਤਨਾਮ। ਪਰ ਬਰਮ ਅਪਰਮ ਪਰ ਸਤਿਗੁਰ, 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 ਜਿਸ ਸਿਮਰਤ ਮਨ ਸੀਤ ਲਾਇਣਾ, ਜਿਸ ਸਿਮਰਤ ਮਨ ਸੀਤ, ਜਿਸ ਸਿਮਰਤ ਮਨ ਸੀਤ ਲਾਇਣਾ, ਸਿਮਰਤ ਮਨ ਸੀਤ, ਕਵਾਂਗੇ ਨਾ ਪਰ ਬਰਮ ਗੁਰ ਨਾਹੀ ਭੇਦ, ਪਰ ਬਰਮ ਗੁਰ ਨਾਹੀ ਭੇਦ, ਪਰ ਬਰਮ ਗੁਰ ਨਾਹੀ ਭੇਦ, ਜਿਸ ਅੰਦਰ ਪ੍ਰੀਤ ਨਹੀਂ ਸਤਿਗੁਰ ਕੀ, ਜਿਸ ਅੰਦਰ ਪ੍ਰੀਤ ਨਹੀਂ ਸਤਿਗੁਰ, ਸੋ ਕੂੜੀ ਆਵੇ ਕੂੜੀ ਜਾਵੇ, ਕੂੜੀ ਆਵੇ ਕੂੜੀ ਜਾਵੇ। ਭਾਈ ਵਾਹ, ਕਿਆ ਬਖਸ਼ਿਸ਼ ਕੀਤੀ ਸਤਿਗੁਰ। ਕਹਿੰਦੇ ਜਿਸ ਅੰਦਰ ਪ੍ਰੀਤ ਨਹੀਂ ਸਤਿਗੁਰ ਕੀ, ਆਪਣੇ ਸਤਿਗੁਰ ਲਈ ਜਿਹਦੇ ਅੰਦਰ ਪ੍ਰੀਤ ਨਹੀਂ ਜੇ, ਉਹਦਾ ਆਉਣਾ ਵੀ ਕੂੜੀ, ਉਹਦਾ ਜਾਣਾ ਵੀ ਕੂੜੀ। ਆਖੋ ਸਤਨਾਮ। ਧਰਤੀ 'ਚ ਆਇਆ ਉਹਦਾ ਆਉਣਾ ਵੀ ਕੂੜ, ਤੇ ਗਿਆ ਤੇ ਉਹਦਾ ਜਾਣਾ ਵੀ ਕੂੜ, ਉਹਦਾ ਬੋਲਣਾ ਕੂੜ, ਉਹਦਾ ਤੁਰਨਾ ਕੂੜ, ਉਹਦਾ ਸੁਣਨਾ ਕੂੜ, ਉਹਦਾ ਖਾਣਾ ਕੂੜ, ਉਹਦਾ ਜੀਵਨ ਹੀ ਕੂੜ। ਆਖੋ ਸਤਨਾਮ। ਕਿਹਨਾਂ ਦਾ? ਜਿਸ ਅੰਦਰ ਪ੍ਰੀਤ ਨਹੀਂ ਸਤਿਗੁਰ ਕੀ, ਜਿਸ ਅੰਦਰ ਪ੍ਰੀਤ ਨਹੀਂ ਸਤਿਗੁਰ ਕੀ। ਹੁਣ ਬੁਰਾ ਨਾ ਮਨਾਇਓ, ਜੇ ਕਿਸੇ ਅੰਦਰ ਪ੍ਰੀਤ ਨਹੀਂ ਨਾ, ਇੱਥੇ ਆ ਕੇ ਵੀ ਕੀ ਕਰਦਾ, ਇੱਥੇ ਆ ਕੇ ਵੀ ਵੇਖਦਾ, ਇੰਨੀ ਸੰਗਤ, ਇਹਨੇ ਆ ਪਾਇਆ, ਇਹਨੇ ਆ ਕੀਤਾ, ਇਹ ਬੋਲੇ ਕਿੱਦਾਂ, ਇਹ ਕਥਾ ਕੀ ਕਰ ਰਹੇ, ਇਹਨਾਂ ਨੂੰ ਇੱਦਾਂ ਨਹੀਂ ਬੋਲਣਾ ਚਾਹੀਦਾ, ਆ ਕਿੱਦਾਂ ਲਾਇਆ, ਆ ਕੀ ਕੀਤਾ ਹੋਇਆ, ਬਸ ਆ ਕੇ ਇੱਧਰ ਉੱਧਰ ਦੇ ਨੁਕਸ ਹੀ ਕੱਢੇਗਾ। ਆਖੋ ਸਤਨਾਮ। ਸੋ ਕੁੜੀ ਆਵੇ ਕੁੜੀ ਜਾਵੇ, ਤੂੰ ਆਏ ਆਪਣੇ ਗੁਰੂ ਰੱਬ ਦੀ ਗੋਦੀ ਦੇ ਵਿੱਚ, ਤੂੰ ਗੁਰੂ ਰੱਬ ਦੀ ਗੋਦੀ ਦਾ ਨਿੱਘ ਮਾਣ, ਆਨੰਦ ਮਾਣ, ਜਿਹੜਾ ਮਰਜ਼ੀ ਜੋ ਮਰਜ਼ੀ ਪਾਈ ਜਾਵੇ, ਤੈਨੂੰ ਇਹਦੇ ਨਾਲ ਕੀ ਲੈਣਾ ਦੇਣਾ, ਤੂੰ ਰਸ ਲੈਣ ਲਈ ਆਇਆ, ਤੂੰ ਆਨੰਦ ਲੈਣ ਲਈ ਆਇਆ, ਤੂੰ ਆਪਣਾ ਆਨੰਦ ਮਾਣ ਤੇ ਜਾ। ਆਖੋ ਸਤਨਾਮ। ਇੱਥੋਂ ਜਾਣ ਲੱਗੇ, ਇੱਥੋਂ ਜਾਣ ਲੱਗੇ, ਝੋਲੀਆਂ ਭਰਵਾ ਕੇ ਜਾ, ਨਾ ਕਿ ਕੂੜੀ ਆਵੇ ਕੂੜੀ ਜਾਵੇ। ਫਿਰ ਅੱਗੇ ਫੈਸਲਾ ਸੁਣੋ ਜੀ, ਜਿਸ ਅੰਦਰ ਪ੍ਰੀਤ ਨਹੀਂ ਸਤਿਗੁਰ ਕੀ, ਅੰਦਰ ਪ੍ਰੀਤ ਨਹੀਂ ਸਤਿਗੁਰ, ਸੋ ਕੂੜੀ ਆਵੇ ਕੂੜੀ ਜਾਵੇ, ਸੋ ਕੂੜੀ ਆਵੇ ਕੂੜੀ ਜਾਵੇ, ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ, ਜੇ ਕਿਰਪਾ ਕਰੇ ਮੇਰਾ
ਹਰ ਪ੍ਰਭ ਕਰਤਾ, ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ, ਜੇ ਕਿਰਪਾ ਹਰ ਪ੍ਰਭ ਕਰਤਾ। ਬੜੀ ਪਿਆਰੀ ਬਾਤ ਜੀ, ਐਡਾ ਗੁੱਜਾ ਭੇਦ ਖੋਲਿਆ ਬਾਬਾ ਜੀ ਕੀ ਕਹਿੰਦੇ, ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ, ਜੇ ਕਿਰਪਾ ਕਰੇ ਤਾਂ ਸਤਿਗੁਰ ਪਾਰ ਬ੍ਰਹਮ ਨਦਰੀ ਆਵੇ, ਤਾਂ ਸਤਿਗੁਰ ਪਾਰ ਬ੍ਰਹਮ ਨਦਰੀ ਆਵੇ। ਐਵੇਂ ਗੁਰੂ ਤੇ ਪ੍ਰਤੀਤ ਨਹੀਂ ਬਣੇਗੀ ਜੇ ਜਦ ਤੱਕ ਪਰਮੇਸ਼ਰ ਦੀ ਕਿਰਪਾ ਨਾ ਹੋਵੇ। ਜਿਸ ਨੂੰ ਤੂੰ ਜਣਾਏ ਸੋਈ ਜਨ, ਜਿਹਨੂੰ ਤੂੰ ਆਪਣਾ ਆਪ ਜਣਾਉਣਾ ਚਾਹੁੰਦਾ ਏ, ਕਹਿੰਦੇ ਉਹੀ ਤੈਨੂੰ ਜਾਣ ਸਕਦਾ, ਦੂਜਾ ਨਹੀਂ ਜਾਣ ਸਕਦਾ, ਸਤਨਾਮ ਨਹੀਂ ਜਾਣ ਸਕਦਾ, ਮਾਂ ਤ੍ਰਿਪਤਾ ਨਹੀਂ ਪਛਾਣ ਸਕੀ, ਪਿਤਾ ਕਾਲੂ ਨਹੀਂ ਪਛਾਣ ਸਕੇ। ਜਿਸ ਨੂੰ ਤੂੰ ਜਾਣਾਏ ਬੇਬੇ ਨਾਨਕੀ ਜੀ ਜਾਣ ਗਿਆ, ਕੋ ਸਤਨਾਮ। ਮਾਂ ਮੇਰਾ ਵੀਰਾ ਨਹੀਂ, ਇਹ ਤਾਂ ਰੱਬ ਹੈ। ਜਦੋਂ ਰੋਲਾ ਪੈ ਗਿਆ, ਡੁੱਬ ਗਏ ਡੁੱਬ ਗਏ ਡੁੱਬ ਗਏ, ਨਾਨਕੀ ਜੀ ਨੂੰ ਆ ਕੇ ਦੱਸਿਆ, ਕਹਿੰਦੇ ਬੇਬੇ ਤੇਰਾ ਵੀਰ ਡੁੱਬ ਗਿਆ ਈ ਡੁੱਬ ਗਿਆ ਈ। ਬੇਬੇ ਨਾਨਕੀ ਜੀ ਦਾ ਸਿਦਕ ਸੀ ਕਿਤੇ, ਉਹ ਕਹਿੰਦੇ ਭੋਲਿਓ ਉਹ ਤਾਂ ਡੁੱਬਿਆਂ ਨੂੰ ਤਾਰਨ ਵਾਸਤੇ ਆਇਆ, ਉਹ ਕਿੱਥੋਂ ਡੁੱਬ ਜਾਏਗਾ। ਜਿਸ ਨੂੰ ਤੂੰ ਜਣਾਏ ਸੋਈ ਜਨ, ਜਿਸ ਨੂੰ ਤੂੰ ਜਣਾਏ ਸੋਈ, ਜਿਹਨੂੰ ਤੂੰ ਜਣਾਉਣ ਤੇ ਆ ਜਾਏ, ਜਿਹਦੇ ਤੇ ਤੂੰ ਕਿਰਪਾ ਕਰ ਦੇਵੇ। ਅੱਜ ਜੇ ਇਹ ਬਖਸ਼ਿਸ਼ ਨਹੀਂ ਮਿਲੀ ਨਾ ਤੁਹਾਨੂੰ, ਮੈਂ ਇੱਕ ਬੇਨਤੀ ਕਰਦੇ ਹਾਂ, ਆਪਣੇ ਗੁਰੂ ਵਿੱਚੋਂ ਰੱਬ ਦੇਖਣ ਦੀ ਬਖਸ਼ਿਸ਼, ਆਪਣੇ ਗੁਰੂ ਵਿੱਚੋਂ ਪਰਮੇਸ਼ਰ ਤੱਕਣ ਦੀ ਬਖਸ਼ਿਸ਼ ਜੇ ਨਹੀਂ ਮਿਲੀ ਨਾ, ਅੱਜ ਆਉਂ ਬੁੱਕ ਮੜਾ। ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ, ਆਖੋ ਸਤਨਾਮ। ਜੇ ਮੇਰਾ ਹਰੀ ਪ੍ਰਭੂ ਉਹ ਕਰਤਾ ਜੇ ਬਖਸ਼ਿਸ਼ ਕਰ ਦੇਵੇ, ਤਾਂ ਮਾਲਕ ਨੇ ਕਿਹਾ ਤਾਂ ਸਤਿਗੁਰ ਪਾਰ ਬ੍ਰਹਮ ਨਦਰੀ ਆਵੇ, ਆਖੋ ਸਤਨਾਮ। ਐਵੇਂ ਨਹੀਂ ਨਦਰੀ ਆਏਗਾ ਜੀ, ਐਵੇਂ ਨਹੀਂ ਨਦਰੀ ਆਏਗਾ। ਲੱਖ ਯਤਨ ਕਰ ਲਓ, ਲੱਖ ਯਤਨ, ਮੈਂ ਤੁਹਾਨੂੰ ਕਹਿ ਲਵਾਂ ਆਪਣੇ ਗੁਰੂ ਨੂੰ ਪਾਰ ਬ੍ਰਹਮ ਕਰਕੇ ਦੇਖੋ, ਮੰਨੋ ਧਿਆਓ। ਜੇ ਨਹੀਂ ਗੁਰੂ ਦੀ ਕਿਰਪਾ ਨਾ, ਨਹੀਂ ਮਾਲਕ ਦੀ ਕਿਰਪਾ ਨਹੀਂ ਹੋ ਸਕਦੀ, ਆਖੋ ਸਤਨਾਮ, ਨਹੀਂ ਗੱਲ ਬਣੇਗੀ। ਹੁਣ ਕੀ ਕਰੀਏ, ਹੁਣ ਇੱਕੋ ਹੱਲ ਰਹਿ ਜਾਂਦਾ, ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ। ਮਤਲਬ ਇੱਕ ਗੱਲ ਤਾਂ ਹੈ ਨਾ, ਜੇ ਕਿਰਪਾ ਕਰੇ ਤੇ ਇਹ ਬਖਸ਼ਿਸ਼ ਮਿਲ ਸਕਦੀ ਨਾ, ਫਿਰ ਝੋਲੀਆਂ ਅੱਡ ਲਓ ਪਾਤਸ਼ਾਹ, ਕਰ ਦਿਓ ਕਿਰਪਾ, ਕਰ ਦਿਓ ਕਿਰਪਾ। ਮੈਨੂੰ ਆਪਣੇ ਗੁਰੂ ਵਿੱਚੋਂ ਰੱਬ ਨਜ਼ਰ ਨਹੀਂ ਆਉਂਦਾ, ਮੈਂ ਹਾਲੇ ਵੀ ਰੱਬ ਭਾਲਣ ਲਈ ਤੁਰਦਾ ਵਾਂ, ਸ਼ਾਇਦ ਮੈਨੂੰ ਕਿਤੇ ਦੀਵੇ ਦੀ ਲਾਟ ਵਿੱਚੋਂ ਰੱਬ ਮਿਲ ਜਾਏ, ਮੈਨੂੰ ਆ ਤਾਰਿਆਂ ਦੇ ਵਿੱਚੋਂ ਮੈਨੂੰ ਰੱਬ ਮਿਲ ਜਾਏ। ਮੈਨੂੰ ਹੋਰ ਕਈ ਬੜੇ ਭਰਮਾਣ ਵਾਲੇ ਬੈਠੇ ਨੇ, ਕਹਿੰਦੇ ਆ ਬਿੰਦੂ ਗੋਲਾ ਖਿੱਚਦੇ, ਫਿਰ ਗੋਲਾ ਫਿਰ ਗੋਲਾ, ਜਦੋਂ ਇੱਕ ਬਿੰਦੂ ਆ ਜਾਂਦੇ ਨੇ, ਬਿੰਦੂ ਪ੍ਰਕਾਰ ਦਾ ਬਿੰਦੂ, ਕਹਿੰਦੇ ਇਹਦੇ ਚ ਸੁਰਤ ਟਿਕਾਓ, ਇਹ ਰੱਬ ਹੈ, ਆਖੋ ਸਤਨਾਮ। ਪਾਗਲ ਬਣਾਇਆ ਪਿਆ, ਸ਼ਦਾਈ ਬਣਾਇਆ ਪਿਆ ਲੋਕਾਂ, ਹੱਦ ਹੋ ਗਈ।
ਜਿਹਨੂੰ ਗੁਰੂ ਵਿੱਚੋਂ ਰੱਬ ਦੇਖਣਾ ਨਹੀਂ ਆਇਆ ਉਹ ਰੱਬ ਵੇਖ ਹੀ ਨਹੀਂ ਸਕਦਾ। ਕੋ ਸਤਨਾਮ, ਉਹ ਰੱਬ ਨਹੀਂ ਵੇਖ ਸਕਦਾ, ਨਹੀਂ ਵੇਖ ਸਕਦਾ। ਬਾਬਾ ਆਨੰਦ ਸਿੰਘ ਜੀ ਨੂੰ ਕਿਸੇ ਨੇ ਕਿਹਾ, ਕਹਿੰਦੇ ਜੀ ਤੁਸੀਂ ਬਾਜਾਂ ਵਾਲੇ ਨੂੰ ਪਰਮੇਸ਼ਵਰ ਕਹਿੰਦੇ? ਕਹਿੰਦੇ ਜੀ ਕਹਿੰਦੇ। ਕਹਿੰਦੇ ਜੀ ਬਾਜਾਂ ਵਾਲੇ ਤਾਂ ਕਹਿੰਦੇ ਜੋ ਹਮਕੋ ਪਰਮੇਸ਼ਵਰ ਉਚਰੇ ਤੇ ਸਭ ਨਰਕ ਕੁੰਟ ਮੈਂ ਪਰ ਹੈ। ਧਿਆਨ ਦੇਣਾ, ਜੋ ਹਮਕੋ ਪਰਮੇਸ਼ਵਰ ਉਚਰੇ ਤੇ ਸਭ ਨਰਕ ਕੁੰਟ ਮੈਂ ਪਰ। ਕਹਿੰਦੇ ਉਹ ਭੋਲਿਆ ਹੱਟ ਪਾਸੇ ਹੋ। ਧਿਆਨ ਦੇਣਾ, ਹੱਟ ਪਾਸੇ ਹੋ। ਕਹਿੰਦੇ ਤੂੰ ਨਰਕਾਂ ਦੀ ਬਾਤ ਕਰਦਾ? ਓਏ ਮੈਨੂੰ ਤਾਂ ਇੱਕ ਜੀਵ ਮਿਲੀ। ਬਾਬਾ ਆਨੰਦ ਸਿੰਘ ਜੀ ਕਹਿੰਦੇ ਮੈਨੂੰ ਇੱਕ ਜੀਵ ਮਿਲੀ, ਆ ਇੱਕ ਇੱਕ ਰੋਮ ਮੇਰਾ, ਇੱਕ ਇੱਕ ਰੋਮ ਨੂੰ ਲੱਖਾਂ ਲੱਖਾਂ ਲੱਗ ਜਾਣ ਜੇਬਾਂ, ਹਰ ਜੇਬਾਂ ਵਿੱਚੋਂ ਇਹੀ ਆਵਾਜ਼ ਆਏਗੀ, ਬਾਜਾਂ ਵਾਲਿਆ ਤੂੰ ਹੀ ਮੇਰਾ ਰੱਬ ਏ। ਆਖੋ ਸਤਨਾਮ, ਤੂੰ ਹੀ ਮੇਰਾ ਰੱਬ ਏ। ਸੱਟ ਜਿਹੜੇ ਮਰਜ਼ੀ ਤੂੰ ਨਰਕ 'ਚ ਸੱਟਣਾ ਹੀ ਸੱਟ। ਕਹਿੰਦੇ ਸੱਚ ਕਹਿਣਾ, ਨਰਕ 'ਚ ਕੋਤੇ ਖਾਂਦਾ ਵੀ ਇਹੀ ਕਵਾਂਗਾ, ਬਾਜਾਂ ਵਾਲਿਆ ਤੂੰ ਹੀ ਮੇਰਾ ਰੱਬ ਏ। ਆਖੋ ਸਤਨਾਮ। ਸੱਚਾਈ ਜੇ ਕਹਿੰਦੇ ਸੱਟ ਮੈਨੂੰ ਜਿਹੜੇ ਨਰਕਾਂ ਦਾ ਡਰ ਨਹੀਂ, ਮੈਨੂੰ ਕੋਈ ਨਰਕਾਂ ਦਾ ਹੋਰ ਹੋਣਗੇ ਉਹ ਜਿਹੜੇ ਨਰਕਾਂ ਦੇ ਡਰ ਕਰਕੇ ਆਪਣੇ ਗੁਰੂ ਨੂੰ ਪਰਮੇਸ਼ਰ ਨਾ ਤੱਕਣ। ਫਿਰ ਇਸ ਪੰਕਤੀ ਦੇ ਅਰਥ ਹੀ ਕੁਝ ਹੋਰ ਨੇ। ਆ ਡੇਹਰਾਦੂਨ ਸਤਸੰਗ ਦਾਸ ਜਦੋਂ ਗਿਆ ਤੇ ਦਾਸ ਤੋਂ ਪਹਿਲੇ ਜਥੇਦਾਰ ਸਾਹਿਬ ਦੀ ਵਾਰੀ ਸੀ, ਗਿਆਨੀ ਤਰਲੋਚਨ ਸਿੰਘ ਜੀ, ਉਹਨਾਂ ਨੇ ਇਸ ਪੰਕਤੀ ਦੇ ਬੜੇ ਖੂਬਸੂਰਤ ਅਰਥ ਕੱਢੇ। ਉਹ ਕਹਿਣ ਲੱਗੇ, ਕਹਿੰਦੇ ਲੋਕੀ ਕਹਿੰਦੇ ਨੇ ਇਸ ਪੰਕਤੀ ਦੇ ਆਹ ਅਰਥ ਨੇ, ਜੋ ਹਮਕੋ ਪਰਮੇਸ਼ਵਰ ਉਚਰੇ ਤੇ ਸਭ ਨਰਕ ਕੁੰਟ ਮੈਂ ਪਰ ਹੈ। ਮੈਂ ਵੀ ਅੱਜ ਤੱਕ ਇਹੀ ਸਮਝਦਾ ਸੀ ਜੀ, ਮੈਂ ਵੀ ਇਹੀ ਸਮਝਦਾ ਸੀ ਕਿ ਪਾਤਸ਼ਾਹ ਕਹਿੰਦੇ ਜੋ ਮੈਨੂੰ ਪਰਮੇਸ਼ਵਰ ਕਹੇਗਾ ਨਰਕਾਂ 'ਚ। ਪਰ ਮੈਨੂੰ ਉਦੋਂ ਪਤਾ ਲੱਗਾ, ਆਹ ਗੱਲ ਉਦੋਂ ਬੜੀ ਪਿਆਰੀ ਖੋਲੀ। ਉਹ ਕਹਿੰਦੇ ਇਸ ਪੰਕਤੀ ਦੇ ਅਰਥ ਇਹ ਹੈ ਹੀ ਨਹੀਂ। ਆਖੋ ਸਤਨਾਮ। ਉਹ ਕਹਿੰਦੇ ਬਾਜਾਂ ਵਾਲੇ ਕਹਿੰਦੇ ਨੇ ਜੋ ਹਮਕੋ, ਹਮਕੋ, ਹਮਕੋ ਕਹਿੰਦੇ ਨੇ ਆਪਣੇ ਆਪ ਨੂੰ। ਆਖੋ ਸਤਨਾਮ। ਉਸ ਵੇਲੇ ਬੜੇ ਰੱਬ ਬਣ ਕੇ ਬਹਿ ਗਏ ਸੀਗੇ, ਬੜੇ ਆਪਣੇ ਆਪ ਨੂੰ ਰੱਬ ਕਵਾਉਂਦੇ, ਅੱਜ ਵੀ ਬੜੇ ਬੈਠੇ, ਬੜੇ ਬੈਠੇ ਨੇ। ਮੈਂ ਹੀ ਰੱਬ, ਮੈਂ ਹੀ ਰੱਬ, ਮੇਰੇ ਤੋਂ ਵੱਡਾ ਰੱਬ ਕਿਹੜਾ? ਪਾਤਸ਼ਾਹ ਕਹਿੰਦੇ ਜਿਹੜਾ ਬੰਦਾ ਆਪਣੇ ਆਪ ਨੂੰ ਰੱਬ ਅਖਵਾਉਂਦਾ ਹੈ, ਰੱਬ ਦਾ ਸ਼ਰੀਕ ਬਣਦਾ ਹੈ, ਕਹਿੰਦੇ ਜੋ ਹਮਕੋ ਆਪਣੇ ਆਪ ਨੂੰ ਪਰਮੇਸ਼ਵਰ ਉਚਰੇ ਤੇ ਸਭ ਨਰਕ ਕੁੰਟ ਮੈਂ ਪਰ ਹੈ। ਆਖੋ ਸਤਨਾਮ। ਉਹ ਸਾਰੇ ਨਰਕਾਂ 'ਚ ਸੁੱਟੇ ਜਾਣਗੇ। ਹੁਣ ਦੱਸੋ ਅਰਥ ਹੀ ਕੁਝ ਹੋਰ ਹੈ, ਅਰਥ ਨਾ ਸਮਝ ਹੋਵੇ ਤੇ ਅਰਥ ਕੁਝ ਹੋਰ ਨਿਕਲ ਆ। ਬਾਬਾ ਆਨੰਦ ਸਿੰਘ ਜੀ ਕਹਿੰਦੇ ਸੁੱਟ ਜਿਹੜੇ ਮਰਜ਼ੀ ਨਰਕਾਂ 'ਚ ਸੁੱਟਣਾ ਹੀ, ਨਰਕ ਵਿੱਚ ਗੋਤੇ ਖਾਂਦੇ ਵੀ ਇਹ ਰਸਨਾ ਬੋਲੇਗੀ, ਬਾਜਾਂ ਵਾਲਿਆ ਤੂੰ ਹੀ ਪਰਮੇਸ਼ਰ। ਆਖੋ ਸਤਨਾਮ। ਪਾਰ ਬ੍ਰਹਮ ਗੁਰ ਨਾਹੀ ਭੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਬੋਲ ਕੇ ਬੋਲੋ। ਪਾਰ ਬ੍ਰਹਮ ਭੇਦ, ਪਾਰ ਬ੍ਰਹਮ ਕੋਈ ਨਾਹੀ ਭੇਦ, ਜੇ ਕਿਰਪਾ ਕਰੇ
ਮੇਰਾ ਹਾਰ ਪ੍ਰਭ ਕਰ ਸਜ ਕਿਰਪਾ ਕਰੇ ਮੇਰਾ ਹਾਰ ਪ੍ਰਭ ਤਾਂ ਧਿਆਨ ਦੇਣਾ ਤਾਂ ਸਤਿਗੁਰ ਪਾਰ ਬ੍ਰਹਮ ਨਦੀਰੀ ਆਵੇ ਤਾਂ ਸਤਿਗੁਰ ਪਾਰ ਬ੍ਰਹਮ ਨਦੀਰੀ ਆਵੇ ਤਾਂ ਸਤਿਗੁਰ ਪਾਰ ਬ੍ਰਹਮ ਨਦੀਰੀ ਆਵੇ ਤਾਂ ਸਤਿਗੁਰ ਪਾਰ ਬ੍ਰਹਮ ਪਾਰ ਬ੍ਰਹਮ ਗੁਰ ਨਾਹੀ ਭੇਦ ਪਾਰ ਪਾਰ ਬ੍ਰਹਮ ਗੁਰ ਨਾਹੀ ਭੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਹੋਏ ਪਵਿੱਤਰ ਸ਼ਰੀਰ ਹੋਏ ਪਵਿੱਤਰ ਸ਼ਰੀਰ ਚਰਣਾ ਤੂਰੀਐ ਕੀ ਚਰਣਾ ਤੂਰੀਐ ਹੋਏ ਪਵਿੱਤਰ ਸ਼ਰੀਰ ਚਰਣਾ ਤੋਰੀਏ ਚਰਣਾ ਤੋਰੀਏ ਕਹਿੰਦੇ ਗੁਰੂ ਦੀ ਚਰਨਾਂ ਦੀ ਧੂੜੀ ਕਹਿੰਦੇ ਗੁਰੂ ਦੇ ਚਰਨਾਂ ਦੀ ਧੂੜੀ ਇਸ ਸਰੀਰ ਨੂੰ ਲੱਗ ਜਾਵੇ ਸਰੀਰ ਪਵਿੱਤਰ ਹੋ ਜਾਈਦਾ ਆਖੋ ਸਤਨਾਮ ਸਰੀਰ ਪਵਿੱਤਰ ਹੋ ਜਾਂਦਾ ਹੈ ਹੋ ਜਾਂਦਾ ਓਏ ਪਵਿੱਤਰ ਸਰੀਰ ਚਰਣਾ ਤੂੜੀਐ ਕੀ ਚਰਣਾ ਤੂੜੀਐ ਓਏ ਪਵਿੱਤਰ ਸਰੀਰ ਚਰਣਾ ਤੂੜੀਐ ਚਰਣਾ ਤੂੜੀਐ ਹੁਣ ਧਿਆਨ ਦੇਣਾ ਪਾਰ ਬ੍ਰਹਮ ਗੁਰ ਦੇਵ ਸਦਾ ਹਜੂਰੀ ਐ ਸਦਾ ਹਜੂਰੀ ਐ ਪਾਰ ਬ੍ਰਹਮ ਗੁਰ ਦੇਵ ਸਦਾ ਹਜੂਰੀ ਐ ਸਦਾ ਹਜੂਰੀ ਐ ਪਾਰ ਬ੍ਰਹਮ ਗੁਰ ਦੇਵ ਉਹ ਜਿਹੜਾ ਪਾਰ ਬ੍ਰਹਮ ਜਿਹੜਾ ਮੇਰੇ ਗੁਰੂ ਦੇ ਰੂਪ ਦੇ ਵਿੱਚ ਵਿਚਰ ਰਿਹਾ ਸਦਾ ਹਜ਼ੂਰੀ ਅੱਜ ਬਾਜਾਂ ਵਾਲੇ ਦੇ ਪਿਆਰ 'ਚ ਬੈਠੇ ਬਾਜਾਂ ਵਾਲੇ ਤੇ ਭਾਵਨਾ ਰੱਖਿਓ ਉਹ ਕੈਸੀ ਭਾਵਨਾ ਰੱਖਿਓ ਜੀ ਸਦਾ ਹਜ਼ੂਰੀ ਹੈ ਉਹ ਸਦਾ ਕਲਗੀਆਂ ਵਾਲੇ ਧੰਨ ਗੁਰ ਬਾਜਾਂ ਵਾਲੇ ਧੰਨ ਗੁਰ ਕਲਗੀਆਂ ਵਾਲੇ ਧੰਨ ਗੁਰ ਬਾਜਾਂ ਵਾਲੇ ਧੰਨ ਗੁਰ ਕਲਗੀਆਂ ਵਾਲੇ ਧੰਨ ਗੁਰ ਬਾਜਾਂ ਵਾਲੇ ਧੰਨ ਗੁਰ ਕਲਗੀਆਂ ਵਾਲੇ ਧੰਨ ਗੁਰ ਬਾਜਾਂ ਵਾਲੇ ਹਾਂਜੀ ਸਦਾ ਹਜੂਰੀ ਹੈ ਸਦਾ ਪਾਰ ਬ੍ਰਹਮ ਗੁਰ ਦੇਵ ਸਦਾ ਹਜੂਰੀ ਹੈ ਪਾਰ ਬ੍ਰਹਮ ਗੁਰ ਦੇਵ
ਸਦਾ ਕਵਾਂਗੇ ਨਾ ਪਰ ਬ੍ਰਹਮ ਸਭ ਕੁਝ ਲੈ ਜਾਣ ਤੇ ਸਾਨੂੰ ਜਿਹਨਾਂ ਨੂੰ ਸਿੱਖੀ ਵਿਰਾਸਤ ਚ ਮਿਲੀ ਅਸੀਂ ਰਹਿ ਜਾਈਏ ਆਖੋ ਸਤਨਾਮ ਬਾਹਰਲੇ ਸਭ ਕੁਝ ਲੈ ਜਾਣ ਤੇ ਅਸੀਂ ਜਿਹੜੇ ਸਾਧ ਸੰਗਤ ਸਿੱਖੀ ਸਾਨੂੰ ਜਿਹਨਾਂ ਨੂੰ ਵਿਰਾਸਤ ਚ ਮਿਲੀ ਉਹ ਰਹਿ ਜਾਈਏ ਪਿਆਰਿਓ ਪਛਾਣੋ ਪਛਾਣੋ ਬਾਜਾਂ ਵਾਲੇ ਕੌਣ ਨੇ ਪਛਾਣੋ ਸਤਿਗੁਰ ਵੱਡਾ ਕਰਸਾਲਾ ਹੀ ਹੈ ਜਿਸ ਵਿੱਚ ਵੱਡੀਆਂ ਵੱਡੀਆਂ ਪੀਰ ਭੀਖਣ ਸ਼ਾਹ ਜੀ ਅੱਜ ਇਬਾਦਤ ਦੇ ਵਿੱਚ ਬੈਠੇ ਨੇ ਲਹਿੰਦੇ ਵਾਲੇ ਪਾਸੇ ਮੁੱਖ ਕੀਤਾ ਹੋਇਆ ਨੇਤਰ ਬੰਦ ਨੇ ਸਿਜਦੇ ਕਰ ਰਹੇ ਨਮਾਜ਼ ਅਦਾ ਕਰ ਰਹੇ ਇੱਕ ਰੋਸ਼ਨੀ ਉਹਨਾਂ ਨੂੰ ਘੁਮਾ ਰਹੀ ਹੈ ਆਖੋ ਸਤਨਾਮ ਇੱਕ ਪ੍ਰਕਾਸ਼ ਉਹਨਾਂ ਨੂੰ ਘੁਮਾ ਰਿਹਾ ਉਹ ਪ੍ਰਕਾਸ਼ ਘੁੰਮਦਾ ਜਾ ਰਿਹਾ ਪੀਰ ਭੀਖਣ ਸ਼ਾਹ ਜੀ ਘੁੰਮਦੇ ਜਾ ਰਹੇ ਨੇ ਆਖੋ ਸਤਨਾਮ ਉਹ ਪ੍ਰਕਾਸ਼ ਘੁੰਮਦਾ ਜਾ ਰਿਹਾ ਪੀਰ ਭੀਖਣ ਸ਼ਾਹ ਜੀ ਘੁੰਮਦੇ ਜਾ ਰਹੇ ਘੁੰਮਦਿਆਂ ਘੁੰਮਦਿਆਂ ਨੂੰ ਉਹ ਪ੍ਰਕਾਸ਼ ਲਹਿੰਦੇ ਨੂੰ ਚੜ੍ਹਦੇ ਵੱਲ ਹੋ ਗਿਆ ਤੇ ਪੀਰ ਭੀਖਣ ਸ਼ਾਹ ਨੂੰ ਪਤਾ ਹੀ ਨਹੀਂ ਉਹ ਉਸ ਪ੍ਰਕਾਸ਼ ਨੂੰ ਹੁਣ ਸਿਜਦੇ ਕਰ ਰਹੇ ਸਾਰੇ ਮੁਰੀਦ ਹੈਰਾਨ ਉਹ ਮੁਰੀਦ ਹੈਰਾਨ ਇਹ ਸਾਡੇ ਸਿਜਦੇ ਤਾਂ ਲਹਿੰਦੇ ਨੂੰ ਹੁੰਦੇ ਨੇ ਅੱਜ ਸਾਈਂ ਜੀ ਇੱਧਰ ਚੜ੍ਹਦੇ ਨੂੰ ਸਿਜਦੇ ਸਾਰੇ ਪਰੇਸ਼ਾਨ ਖੜੇ ਹੈਰਾਨ ਖੜੇ ਸਿਜਦੇ ਪੂਰੇ ਹੋਏ ਨਮਾਜ਼ ਅਦਾ ਹੋਈ ਹੌਸਲਾ ਕਰਕੇ ਮੁਰੀਦਾਂ ਨੇ ਪੁੱਛਿਆ ਕਹਿੰਦੇ ਸਾਈਂ ਜੀ ਸਾਡੇ ਸਿਜਦੇ ਤਾਂ ਲਹਿੰਦੇ ਵਾਲੇ ਪਾਸੇ ਹੁੰਦੇ ਇਹ ਆਪ ਜੀ ਨੇ ਕੀ ਕੀਤਾ ਚੜ੍ਹਦੇ ਵਾਲੇ ਪਾਸੇ ਲਹਿੰਦੇ ਵਾਲੇ ਪਾਸੇ ਪਿੱਠ ਕਰ ਲਿਆ
ਪੀਰ ਭੀਖਣ ਸ਼ਾਹ ਜੀ ਮੁਸਕੁਰਾ ਪਏ, ਕਹਿੰਦੇ ਉਹ ਬੋਲਿਓ, ਉਹ ਕਹਿੰਦੇ ਲਹਿੰਦੇ ਵਾਲੇ ਪਾਸੇ ਨੂੰ ਤੁਸੀਂ ਸਿੱਜਦੇ ਕਿਉਂ ਕਰਦੇ ਹੋ? ਕਹਿੰਦੇ ਜੀ ਲਹਿੰਦੇ ਵਾਲੇ ਪਾਸੇ ਸਾਡਾ ਮੱਕਾ ਹੈ। ਤੇ ਪੀਰ ਭੀਖਣ ਸ਼ਾਹ ਜੀ ਕਹਿਣ ਲੱਗੇ, ਕਹਿੰਦੇ ਜਿਹੜਾ ਲਹਿੰਦੇ ਵਾਲੇ ਪਾਸੇ ਮੱਕਾ ਹੈ, ਉਹ ਮੱਕੇ ਵਾਲੇ ਨੇ ਅੱਜ ਚੜ੍ਹਦੇ ਵਾਲੇ ਪਾਸੇ ਨੂੰ ਅਵਤਾਰ ਧਾਰ ਲਿਆ। ਖੁ ਸਤਨਾਮ ਅਵਤਾਰ ਧਾਰ। ਮੈਂ ਅੱਜ ਉਸ ਨੂੰ ਸਿਜਦਾ ਕੀਤਾ ਜਿਹਨੂੰ ਮੈਂ ਰੋਜ਼ ਲੈਂਦੇ ਵਾਲੇ ਪਾਸੇ ਮੈਂ ਸਿਜਦੇ ਕਰਿਆ ਕਰ। ਸਾਰੇ ਹੈਰਾਨ, ਸੰਸਾ ਦੂਰ ਨਾ ਹੋਵੇ, ਸਾਰੇ ਸੰਸੇ ਵਿੱਚ ਪੈ ਗਏ। ਪੀਰ ਭੀਖਣ ਸ਼ਾਹ ਜੀ ਕਹਿਣ ਲੱਗੇ, ਕਹਿੰਦੇ ਤੁਹਾਨੂੰ ਡਿੱਠੇ ਬਿਨਾਂ ਪ੍ਰਤੀਤ ਨਹੀਂ ਆਣੀ। ਆਹ ਤੋਂ ਸਤਨਾਮ, ਚਲੋ ਤੁਹਾਨੂੰ ਪ੍ਰਤੀਤ ਕਰਵਾ ਦਿੰਦੇ, ਤੁਹਾਨੂੰ ਦਰਸ਼ਨ ਕਰਵਾ ਦਿੰਦੇ ਹਾਂ ਉਸ ਅੱਲਾ ਦੇ ਨੂਰ ਦੇ, ਨਾਲੇ ਤੁਹਾਡੇ ਸਦਕਾ ਮੈਨੂੰ ਦਰਸ਼ਨ ਹੋ ਜਾਣਗੇ। ਆ ਦੇਖੋ ਜੀ ਸੰਗਤ ਜੀ, ਆ ਲੈਣ ਵਾਲੇ ਲੈ ਗਏ, ਲੈ ਗਏ ਜਿਸ ਨੂੰ ਤੂੰ ਜਾਣਾ ਏ ਸੋਈ ਜਨ। ਅੱਜ ਸਿਜਦੇ ਦੇ ਵਿੱਚ ਇਸ਼ਾਰੇ ਹੋਏ ਨੇ, ਇਸ਼ਾਰੇ ਕਿ ਅਸੀਂ ਲੈਂਦੇ ਵਾਲੇ ਪਾਸੇ ਤੋਂ ਚੜ੍ਹਦੇ ਵਾਲੇ ਪਾਸੇ ਆ ਗਏ। ਆਖੋ ਸਤਨਾਮ। ਘੁੜੁੰਮ ਪਿੰਡ ਹੈ ਜੀ ਪਟਿਆਲੇ ਦੇ ਵਿੱਚ, ਘੁੜੁੰਮ ਪਿੰਡ ਤੋਂ ਪਟਿਆਲੇ ਤੋਂ ਬਿਹਾਰ ਪਟਨਾ ਸਾਹਿਬ, ਉੱਥੇ ਤਿਆਰੀ, ਨਾ ਸ਼ਹਿਰ ਦਾ ਪਤਾ, ਨਾ ਮਹੱਲੇ ਦਾ ਪਤਾ, ਨਾ ਗਲੀ ਦਾ ਪਤਾ, ਨਾ ਘਰ ਦਾ ਪਤਾ। ਹੁਣ ਧਿਆਨ ਦਿਓ ਕਿੱਡਾ ਔਖਾ, ਕਿੱਡਾ ਔਖਾ, ਕਿਸੇ ਦਾ ਪਤਾ ਹੀ ਤੁਹਾਨੂੰ ਪਤਾ ਨਾ ਹੋਵੇ, ਉਹਦਾ ਖਾਲੀ ਨਾਮ ਪਤਾ ਹੈ। ਹੁਣ ਮੰਨ ਲਓ ਬਲਵੰਤ ਸਿੰਘ ਨਾਮ ਕਰਕੇ ਇੱਕ ਤੁਹਾਨੂੰ ਸਰੀਰ ਦੀ ਪਛਾਣ ਕਰਨੀ, ਉਹਨੂੰ ਲੱਭਣਾ। ਹੁਣ ਉਹਦਾ ਤੁਹਾਨੂੰ ਸ਼ਹਿਰ ਨਹੀਂ ਪਤਾ, ਮਹੱਲਾ ਨਹੀਂ ਪਤਾ, ਗਲੀ ਨਹੀਂ ਪਤਾ, ਘਰ ਨਹੀਂ ਪਤਾ, ਉਹ ਤੁਸੀਂ ਕਿਹਨੂੰ ਕੀ ਪੁੱਛੋਗੇ? 36,000 ਬਲਵੰਤ ਸਿੰਘ ਨੇ ਕਿੱਥੇ ਲੱਭੋਗੇ? ਪਰ ਜਿਸ ਨੂੰ ਤੂੰ ਜਾਣਾ ਹੈ, ਅੱਜ ਵੇਖੋ ਸਾਧ ਸੰਗਤ, ਉਸ ਨੂਰ ਦੇ ਪਿੱਛੇ ਪਿੱਛੇ, ਉਸ ਪ੍ਰਕਾਸ਼ ਦੇ ਪਿੱਛੇ ਪਿੱਛੇ ਪੀਰ ਭੀਖਣ ਸ਼ਾਹ ਜੀ ਤੁਰ ਪਏ ਨੇ, ਤੁਰ ਪਏ ਕਿ ਅੱਜ ਜਾ ਕੇ ਅੱਲਾ ਦੇ ਨੂਰ ਦੇ ਦਰਸ਼ਨ ਕਰਨੇ। ਆਓ ਭਾਈ, ਤੁਹਾਨੂੰ ਪ੍ਰਤੀਤ ਨਹੀਂ ਹੁੰਦੀ ਨਾ, ਆਓ ਜਦ ਤੱਕ ਤੁਹਾਨੂੰ ਦਿਖਾ ਨਾ ਦਈਏ, ਦਰਸ਼ਨ ਨਾ ਕਰਾ ਦਈਏ, ਡਿੱਠਿਆਂ ਹੀ ਪ੍ਰਤੀਤ ਹੋਏਗੀ ਤੁਹਾਨੂੰ। ਆਖੋ ਸਤਨਾਮ। ਤਨ ਬਾਜਾਂ ਵਾਲਿਆ ਕਿੱਡਾ ਔਖਾ ਕੰਮ ਹੈ। ਇੱਕ ਨੂਰ ਦੇ ਖਾਲੀ ਦਰਸ਼ਨ ਹੋਏ ਪ੍ਰਕਾਸ਼ ਦੇ, ਉਹ ਪ੍ਰਕਾਸ਼ ਉਹਨਾਂ ਨੂੰ ਪੀਰ ਭੀਖਣ ਸ਼ਾਹ ਜੀ ਨੂੰ ਮੰਜ਼ਲਾਂ ਤੈਅ ਕਰਵਾ ਰਿਹਾ, ਮਾਰਗ ਤੇ ਤੋਰ ਰਿਹਾ, ਪ੍ਰਕਾਸ਼ ਦੇ ਪਿੱਛੇ ਪਿੱਛੇ ਤੁਰੀ ਜਾ ਰਹੀ।
ਜਦੋਂ ਪਹੁੰਚੇ ਨਾ ਪਟਨਾ ਸਾਹਿਬ ਦੀ ਧਰਤੀ, ਕਿਧਰੇ ਪਟਿਆਲੇ ਦੇਖ ਲਓ, ਕਿੱਥੇ ਪਟਿਆਲੇ ਤੇ ਕਿੱਥੇ ਪਟਨਾ ਸਾਹਿਬ, ਧਿਆਨ ਦੇਣਾ। ਉਦੋਂ ਕਿਹੜੀਆਂ ਟ੍ਰੇਨਾਂ ਚੱਲਦੀਆਂ ਸਨ, ਕਿਹੜੀਆਂ ਫਲਾਈਟਾਂ ਆਉਂਦੀਆਂ ਸਨ, ਕਿੰਨੀ ਮੁਸ਼ਕਲ ਘਾਲ ਕੇ ਪਹੁੰਚੇ। ਅੰਦਾਜ਼ਾ ਲਿਖਿਆ ਜੀ ਤਕਰੀਬਨ ਪੌਣੇ ਤਿੰਨ ਤਿੰਨ ਮਹੀਨਿਆਂ ਦੇ ਵਿੱਚ, ਪੌਣੇ ਤਿੰਨ ਤੋਂ ਲੈ ਕੇ ਤਿੰਨ ਮਹੀਨੇ ਲੱਗ ਗਏ ਪੀਰ ਭੀਖਣ ਸ਼ਾਹ ਜੀ ਨੂੰ ਉੱਥੇ ਤੱਕ ਪਹੁੰਚਣ ਲਈ। ਆਖੋ ਸਤਨਾਮ ਵਾਹਿਗੁਰੂ। ਅੱਜ ਜਦੋਂ ਪਟਨਾ ਸਾਹਿਬ ਦੀ ਧਰਤੀ ਤੇ ਪਹੁੰਚੇ ਤੇ ਕਹਿੰਦੇ ਰੁਕ ਜਾਓ ਭਾਈ, ਆਪਣੇ ਕਾਫਲੇ ਨੂੰ ਰੋਕ ਲਿਆ, ਰੁਕ ਜਾਓ ਭਾਈ। ਦੇਖੋ ਮੈਂ ਕਹਿੰਦਾ ਜਿੰਨਾ ਜਿੰਨਾ ਸ਼ਰਧਾ ਜਿੰਨੀ ਭਾਵਨਾ ਲਿਆਓਗੇ ਨਾ, ਉਨੀ ਬਖਸ਼ਿਸ਼ਾਂ ਤੁਹਾਡੇ ਤੇ ਵੱਧ ਵਰਤਣਗੇ। ਕਹਿੰਦੇ ਰੁਕ ਜਾਓ ਭਾਈ ਜੀ। ਮਹਾਰਾਜ ਰੋਕਤਾ ਜੀ, ਕਹਿੰਦੇ ਉਹ ਅੱਲਾ ਦਾ ਨੂਰ ਜਿਹਦੇ ਦੀਦਾਰੇ ਕਰਨ ਵਾਸਤੇ ਆਇਓ, ਇਸੀ ਸ਼ਹਿਰ ਦੇ ਵਿੱਚ ਉਹਨੇ ਅਵਤਾਰ ਧਾਰਿਆ ਹੈ। ਆਖੋ ਸਤਨਾਮ। ਇਸੀ ਸ਼ਹਿਰ ਜੀ, ਇੱਥੇ ਇੱਥੇ, ਹਾਂ ਬਈ ਇੱਥੇ। ਪਟਨਾ ਸਾਹਿਬ ਅੰਦਰ ਨਹੀਂ ਹਲੇ ਵੜੇ, ਦਹਿਲੀਜ ਨਹੀਂ ਟੱਪੀ ਪਟਨਾ ਸਾਹਿਬ ਦੀ, ਉੱਥੇ ਹੀ ਸਿਜਦੇ ਕਰ ਦਿੱਤੇ। ਆਖੋ ਸਤਨਾਮ। ਉੱਥੇ ਹੀ ਨਮਸਕਾਰ ਕਰ ਦਿੱਤੇ। ਤੇਈ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਪਵਲਿਓ। ਤੇਈ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਪਵਲਿਓ। ਤੇਈ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਪਵਲਿਓ। ਤੇਈ ਪ੍ਰਕਾਸ਼ ਕਲਗੀ ਧਰ ਮਹਾਰਾਜ, ਧੰਨ ਗੁਰ 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 ਕਲਗੀ ਧਰ ਮਹਾਰਾਜ। ਤੇਈ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਪਵਲੇ। ਤੇਈ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਪਵਲੇ। ਪਾਰ ਬ੍ਰਹਮ ਤਾਂ ਉਸ ਧਰਤੀ ਨੂੰ ਸਜਦਾ ਕੀਤਾ, ਧਰਤੀ ਨੂੰ ਨਮਸਕਾਰ ਕਰਕੇ ਕਹਿੰਦੇ ਚਲੋ ਭਾਈ। ਤੁਰਦੇ ਜਾ ਰਹੇ ਤੁਰਦੇ ਜਾ ਰਹੇ, ਮਾਨੋ ਜਿਵੇਂ ਐਨ ਟਿਕਾਣਾ ਪਤਾ ਹੋਵੇ। ਤੁਰਦੇ ਜਾ ਰਹੇ ਉਸ ਪ੍ਰਕਾਸ਼ ਦੇ ਮਗਰ ਮਗਰ, ਅੱਜ ਪਹੁੰਚ ਗਏ ਉਸ ਦਰ ਤੇ, ਉਸ ਘਰ ਤੇ, ਉਸ ਹਵੇਲੀ ਦੇ ਬਾਹਰ, ਉਸ ਬੂਹੇ ਦੇ ਬਾਹਰ ਜਿੱਥੇ ਸਤਿਗੁਰਾਂ ਨੇ ਪ੍ਰਕਾਸ਼ ਧਾਰਿਆ।
ਰੌਣਕਾਂ ਲੱਗੀਆਂ, ਕੋਈ ਆ ਰਿਹਾ ਕੋਈ ਜਾ ਰਿਹਾ, ਕਿੰਨੀਆਂ ਝੋਲੀਆਂ ਇਸ ਦਰ ਤੋਂ ਰੋਜ਼ ਭਰੀਆਂ ਜਾ, ਰੌਣਕ ਵੇਲੇ ਲੱਗੇ ਇਹ ਵੀ ਸਾਈਡ ਤੇ ਜਾ ਕੇ ਖੜੇ ਹੋ ਤੇ ਇਤਿਹਾਸ ਲਿਖਦਾ ਮੇਰੇ ਬਾਜਾਂ ਵਾਲੇ ਮਾਹੀ ਦੇ ਮਾਮਾ ਜੀ ਮਾਮਾ ਕਿਰਪਾਲ ਚੰਦ ਜੀ, ਜਾਂ ਮਾਮਾ ਕਿਰਪਾਲ ਚੰਦ ਜੀ ਨੇ ਦਰਸ਼ਨ ਕੀਤੇ, ਵੇਖਣ ਲੱਗੇ ਕਹਿੰਦੇ ਰੂਹਾਨੀ ਚਿਹਰਾ ਇਬਾਦਤ ਵਾਲੇ ਜੋ ਸਨ, ਕਸਮ ਵਾਲੇ ਜੋ ਸਨ। ਹੁਣ ਮਨ ਦੇ ਵਿੱਚ ਇਹ ਚੀਜ਼ ਆਈ, ਰੋਜ਼ ਕਈ ਫਕੀਰ ਆ ਰਹੇ ਨੇ ਝੋਲੀਆਂ ਭਰਵਾ ਕੇ ਜਾ ਰਹੇ, ਕਈ ਮੰਗਤੇ ਆ ਰਹੇ ਝੋਲੀਆਂ ਭਰਵਾ ਕੇ ਜਾ ਰਹੇ। ਬੇਬੇ ਜੀ ਨੂੰ ਜਾ ਕੇ ਪੁੱਛੀਏ ਕਿ ਕੋਈ ਵੱਡੀ ਦਾਤ ਇਹਨਾਂ ਦੀ ਝੋਲੀ 'ਚ ਪਾ ਦੇ। ਮਾਮਾ ਕਿਰਪਾਲ ਚੰਦ ਜੀ ਅੱਜ ਆਏ ਨੇ ਮਾਂ ਗੁਜਰੀ ਜੀ ਕੋਲ, ਮਾਂ ਗੁਜਰੀ ਜੀ ਨੂੰ ਕਹਿਣ ਲੱਗੇ, ਕਹਿੰਦੇ ਬੇਬੇ ਅੱਜ ਕੋਈ ਖਾਸ ਹੀ ਮੰਗਤੇ ਦਰ ਤੇ ਖੜੇ, ਚਿਹਰੇ ਤੇ ਬੜਾ ਨੂਰ ਹੈ, ਜੇ ਆਪ ਜੀ ਕੋ ਤੇ ਉਹਨਾਂ ਨੂੰ ਕੋਈ ਖਾਸ ਪਦਾਰਥਾਂ ਦੇ ਨਾਲ ਉਹਨਾਂ ਦੀ ਝੋਲੀਆਂ ਭਰ ਦੇਈ। ਮਾਤਾ ਜੀ ਕਹਿਣ ਲੱਗੇ, ਕਹਿੰਦੇ ਗੁਰੂ ਨਾਨਕ ਦਾ ਦਰ ਹੈ ਖੁੱਲਾ ਦਿਓ, ਖੁੱਲਾ ਦਿਓ। ਇਤਿਹਾਸ 'ਚ ਲਿਖੇ ਹੈ ਥਾਲ ਦੇ ਵਿੱਚ ਸੋਨੇ ਦੀਆਂ ਮੋਹਰਾਂ ਭਰ ਕੇ ਸਾਧ ਸੰਗਤ ਲੈ ਗਏ, ਸੋਨੇ ਦੀਆਂ ਮੋਹਰਾਂ ਲੈ ਗਏ ਤੇ ਸਾਹਮਣੇ ਚਲੇ ਗਏ। ਕਹਿਣ ਲੱਗੇ ਪੀਰ ਜੀ ਝੋਲੀ ਕਰੋ, ਧਿਆਨ ਦੇਣਾ, ਕਹਿੰਦੇ ਪੀਰ ਜੀ ਝੋਲੀ ਕਰੋ ਮੋਹਰਾਂ ਪਾਈਏ। ਮੁਸਕੁਰਾ ਪਏ ਪੀਰ ਜੀ, ਕਹਿਣ ਲੱਗੇ ਕਹਿੰਦੇ ਭਾਈ ਅਸੀਂ ਮੋਹਰਾਂ ਦੇ ਮੰਗਦੇ ਨਹੀਂ। ਅੱਛਾ, ਮੰਗਦੇ ਜ਼ਰੂਰ ਹਾਂ ਪਰ ਮੋਹਰਾਂ ਦੇ ਮੰਗਦੇ ਨਹੀਂ। ਮਾਮਾ ਕਿਰਪਾਲ ਚੰਦ ਜੀ ਕਹਿਣ ਲੱਗੇ, ਅੱਛਾ ਮੋਹਰਾਂ ਨਹੀਂ ਚਾਹੀਦੀ, ਫਿਰ ਰਾਸ਼ਨ ਦੇ ਨਾਲ ਝੋਲੀਆਂ ਭਰ ਦੇਈਏ। ਕਹਿੰਦੇ ਅਸੀਂ ਰਾਸ਼ਨ ਦੇ ਵੀ ਮੰਗਦੇ ਨਹੀਂ, ਰੇਸ਼ਮੀ ਕੱਪੜਿਆਂ ਦੇ ਥਾਨ ਉਹਦੇ ਨਾਲ ਝੋਲੀਆਂ ਭਰ ਦੇਈਏ। ਕਹਿੰਦੇ ਉਹਦੇ ਵੀ ਅਸੀਂ ਮੰਗਦੇ ਨਹੀਂ। ਓਏ ਫਿਰ ਕੀ ਚਾਹੀਦਾ ਜੇ, ਕਿਸ ਚੀਜ਼ ਦੇ ਮੰਗਦੇ ਹੋ? ਕਹਿੰਦੇ ਦੀਦਾਰ ਦੀ ਇੱਕ ਝਲਕ ਦੇ ਮੰਗਦੇ ਆ ਕੋ ਸਤਨਾਮ, ਦੀਦਾਰ ਦੀ ਇੱਕ ਝਲਕ ਦੇ ਮੰਗਦੇ ਆ ਇੱਕ ਝਲਕ। ਮਾਮਾ ਕਿਰਪਾਲ ਚੰਦ ਜੀ ਹੈਰਾਨ, ਕਹਿੰਦੇ ਜੀ ਕੀ ਕਹਿ ਰਹੇ ਹੋ, ਸਾਨੂੰ ਸਮਝ ਨਹੀਂ ਆ ਰਹੀ। ਕਹਿੰਦੇ ਪਿਆਰਿਆ, ਜਿਸ ਬਾਲ ਨੇ ਤੁਹਾਡੇ ਕਾਰ ਅਵਤਾਰ ਧਾਰਨ ਕੀਤਾ ਉਸ ਬਾਲਕ ਦੇ ਇੱਕ ਝਲਕ ਦੇ ਮੰਗਦੇ ਆਖੋ ਸਤਨਾਮ, ਉਸ ਬਾਲਕ ਦੇ ਦੀਦਾਰ ਦੇ ਇੱਕ ਝਲਕ ਦੇ ਮੰਗਦੇ ਆ ਇੱਕ ਝਲਕ ਦੇ। ਉਹ ਹੈਰਾਨ, ਕਹਿੰਦੇ ਆਪ ਜੀ ਆਏ ਕਿੱਥੋਂ? ਕਹਿੰਦੇ ਤੈਨੂੰ ਨਹੀਂ ਪਤਾ, ਬਹੁਤ ਦੂਰ ਤੋਂ ਆਏ ਆ, ਪੰਜਾਬ ਦੀ ਧਰਤੀ ਤੋਂ ਆਏ ਆ। ਆ ਇਹ ਜਿਹੜਾ ਬਾਲ, ਇਹ ਅੱਲਾ ਦਾ ਨੂਰ ਜਿਹੜਾ ਧਰਤੀ ਤੇ ਆਇਆ ਹੈ, ਇਹਦੇ ਇੱਕ ਝਲਕ ਦੇ ਦਰਸ਼ਨ ਕਰਨ ਵਾਸਤੇ ਆਏ ਆ ਕੋ ਸਤਨਾਮ। ਇੱਕ ਝਲਕ ਦੇ ਦਰਸ਼ਨ ਕਰਨ ਵਾਸਤੇ ਆਏ।
ਕਹਿੰਦੇ ਜੀ ਪੰਜਾਬ ਦੇ ਵਿੱਚ ਕਿੰਨੇ ਚਿੱਠੀਆਂ ਪਾਈਆਂ, ਕਿੰਨੇ ਸੱਦੇ ਦਿੱਤੇ, ਹੱਥ ਜੋੜੇ ਪੀਰ ਭੀਖਣ ਸ਼ਾਹ ਜੀ ਨੇ, ਕਹਿੰਦੇ ਪਿਆਰਿਓ ਉਹ ਜਿਹੜਾ ਇਸ ਘਰ ਦੇ ਵਿੱਚ ਪ੍ਰਕਾਸ਼ ਧਾਰ ਕੇ ਬੈਠਾ ਉਹਨੇ ਆਪ ਸੱਦੇ ਦਿੱਤੇ ਨੇ। ਆਖੋ ਸਤਨਾਮ। ਮਾਮਾ ਕਿਰਪਾਲ ਚੰਦ ਜੀ ਕਹਿਣ ਲੱਗੇ ਅਸੀਂ ਤਾਂ ਚਿੱਠੀਆਂ ਘੱਲੀਆਂ ਹੀ ਨਹੀਂ, ਅਸੀਂ ਤਾਂ ਸੁਨੇਹ ਘੱਲੇ ਨਹੀਂ, ਤੁਹਾਨੂੰ ਕਿੱਦਾਂ ਪਤਾ ਲੱਗ ਗਿਆ, ਤੁਹਾਨੂੰ ਕਿੰਨੇ ਸੁਨੇਹਾ ਦੇ ਤਾ। ਕਹਿੰਦੇ ਸੁਨੇਹ ਦੇਣ ਵਾਲੇ ਨੇ ਸੁਨੇਹਾ ਭੇਜਿਆ ਹੈ, ਜਿਹਨੇ ਅਵਤਾਰ ਧਾਰਿਆ ਉਹਨੇ ਸੁਨੇਹਾ ਭੇਜਿਆ ਹੈ। ਆਖੋ ਸਤਨਾਮ। ਹਰਿ ਬਰਮ ਗੁਰ ਨਾਹੀ ਭੇਦ, ਹਰਿ ਬਰਮ ਗੁਰ ਨਾਹੀ ਭੇਦ, ਨਾਨਕ ਸੋ ਦੇ ਸਿਮਰਤ ਵੇਦ, ਨਾਨਕ ਸੋ ਦੇ ਸਿਮਰਤ ਵੇਦ, ਨਾਨਕ ਸੋ ਦੇ ਸਿਮਰਤ ਵੇਦ, ਨਾਨਕ ਸੋ ਦੇ ਲਾਲ ਜੀ ਕਹਿੰਦੇ, ਕਹਿੰਦੇ ਦੀਦਿਆਂ ਨੂੰ ਦੇ ਰਸ ਦੀਦਾਰ। ਪੀਰ ਭੀਖਣ ਸ਼ਾਹ ਜੀ ਕਹਿਣ ਲੱਗੇ ਕਹਿੰਦੇ ਆ ਦੀਦਿਆਂ ਨੂੰ ਰਸ ਦੀਦਾਰ ਦਾ ਚਾਹੀਦਾ, ਇੱਕ ਵਾਰੀ ਮਾਹੀ ਦੇ ਦਰਸ਼ਨ ਕਰਾ ਦੇ। ਦਿਰ ਆਕਾਰ ਝੋਲੇ ਝੋਲੇ ਦਰਸ਼ਨ ਹੁੰਦੇ, ਹੁਣ ਸਾਕਾਰ ਰੂਪ ਚ ਦਰਸ਼ਨ ਕਰਨਾ ਚਾਹੁੰਦੇ ਆ। ਆਖੋ ਸਤਨਾਮ। ਕਹਿੰਦੇ ਰੁਕੋ ਭਾਈ, ਮੈਂ ਆਗਿਆ ਲਿਆ। ਬੇਬੇ ਜੀ ਕੋਲ ਆਏ, ਮਾਂ ਗੁਜਰੀ ਜੀ ਕੋਲ, ਕਹਿੰਦੇ ਬੇਬੇ ਉਹ ਸੋਨੇ ਦੀ ਅਸ਼ਰਫੀਆਂ ਦੇ ਮੰਗਤੇ ਨਹੀਂ। ਮਾਂ ਗੁਜਰੀ ਜੀ ਕਹਿਣ ਲੱਗੇ ਫਿਰ ਰਾਸ਼ਨ ਦੇ ਦੇਣਾ, ਐਡਾ ਰਾਸ਼ਨ ਵੰਡਿਆ ਉਹਨਾਂ ਨੂੰ ਵੀ ਰਾਸ਼ਨ ਦੇ ਦਿੰਦੇ। ਕਹਿੰਦੇ ਉਹ ਰਾਸ਼ਨ ਦੇ ਵੀ ਮੰਗਤੇ ਨਹੀਂ, ਥਾਨ ਦੇ ਦੇਣੇ ਸਨ ਬੇਬੇ, ਉਹ ਥਾਨ ਦੇ ਵੀ ਮੰਗਤੇ ਨਹੀਂ, ਫਿਰ ਕੀ ਮੰਗਦੇ ਨੇ। ਕਹਿੰਦੇ ਤੇਰੇ ਇਸ ਬਾਲ ਦੇ ਇੱਕ ਦਰਸ਼ਨ ਦੀ ਝਲਕ ਮੰਗਦੇ ਨੇ। ਆਖੋ ਸਤਨਾਮ। ਇੱਕ ਦਰਸ਼ਨ ਦੀ ਝਲਕ ਮੰਗਦੇ ਨੇ, ਝਲਕ ਦਰਸ਼ਨਾਂ ਦੀ ਇੱਕ ਝਲਕ। ਕਹਿੰਦੇ ਬਾਲ ਕਿੱਥੋਂ ਆਏ ਨੇ? ਕਹਿੰਦੇ ਬੇਬੇ ਪੰਜਾਬ ਤੋਂ ਆਏ ਨੇ, ਪੰਜਾਬ ਦੀ ਧਰਤੀ ਤੋਂ। ਉੱਥੇ ਸੁਨੇਹ ਕਿੰਨੇ ਘੱਲੇ?
ਕਹਿੰਦੇ ਬੇਬੇ ਉਹ ਕਹਿੰਦੇ ਨੇ ਜਿਹੜਾ ਇਹ ਤੇਰੇ ਗੋਦੀ ਦੇ ਵਿੱਚ ਹੈ ਇਹਨੇ ਆਪ ਸੁਨੇਹਾ ਦੇ ਕੇ ਬੁਲਾਇਆ। ਆਖੋ ਸਤਨਾਮ। ਆਪ ਸੁਨੇਹਾ ਦੇ ਕੇ ਬੁਲਾਇਆ। ਮਾਂ ਗੁਜਰੀ ਹੈਰਾਨ, ਕਹਿੰਦੇ ਵੀਰਾ ਕੋਈ ਧੋਖਾ ਨਾ ਹੋ ਜਾਵੇ, ਕਿਉਂਕਿ ਤਕਰੀਬਨ 30 ਸਾਲਾਂ ਬਾਅਦ, ਲਗਭਗ 30 ਸਾਲਾਂ ਬਾਅਦ ਮਹਾਰਾਜ ਦਾ ਪ੍ਰਕਾਸ਼ ਹੋਇਆ ਸੀ, ਅਵਤਾਰ ਧਾਰਿਆ ਸੀ, ਗੋਦੀ ਹਰੀ ਹੋਈ ਸੀ। ਮਾਂ ਗੁਜਰੀ ਜੀ ਕਹਿਣ ਲੱਗੀ, ਕਹਿੰਦੇ ਵੀਰਾ ਕਿਧਰੇ ਧੋਖਾ ਨਾ ਹੋ ਜਾਵੇ, ਕਿਧਰੇ ਠੱਗੇ ਨਾ ਜਾਈਏ। ਉਹ ਮਾਮਾ ਕਿਰਪਾਲ ਚੰਦ ਜੀ ਕਹਿਣ ਲੱਗੇ, ਕਹਿੰਦੇ ਬੇਬੇ ਅਸੀਂ ਕੀ ਠੱਗੇ ਜਾਣਾ, ਉਹ ਤਾਂ ਆਪ ਇਹਦੇ ਪਿਆਰ 'ਚ ਠੱਗੇ ਹੋਏ ਨੇ। ਆਖੋ ਸਤਨਾਮ। ਓਏ ਅਸੀਂ ਕੀ ਠੱਗੇ ਜਾਣਾ, ਉਹ ਤਾਂ ਇਹਦੇ ਪਾਲਕ ਦੇ ਪਿਆਰ 'ਚ ਹੰਝੂ ਵਗਾ ਵਗਾ ਕੇ ਠੱਗੇ ਪਏ ਨੇ, ਉਹ ਤਾਂ ਆਪ ਠਗਾਏ ਹੋਏ ਨੇ। ਬੇਬੇ ਜੰਮ ਨਹੀਂ ਮੈਂ ਲੈਣਾ, ਪੰਜਾਬ ਕਿੱਥੇ, ਬਿਹਾਰ ਕਿੱਥੇ। ਕਹਿੰਦੇ ਬੇਬੇ ਨਾ ਸ਼ਹਿਰ ਦਾ ਪਤਾ, ਨਾ ਮਹੱਲੇ ਦਾ ਪਤਾ, ਨਾ ਗਲੀ ਦਾ, ਨਾ ਘਰ ਦਾ, ਤੇ ਸਿੱਧਾ ਟਿਕਾਣੇ ਤੇ ਆ ਕੇ ਜਿਹੜਾ ਖੜਾ ਹੋ ਗਿਆ ਬੇਬੇ ਸੱਚ, ਫਿਰ ਇਸ ਬਾਲ ਨਹੀਂ ਬੁਲਾਇਆ ਹੋਣਾ। ਆਖੋ ਸਤਨਾਮ। ਆ ਇਸ ਬਾਲ ਨਹੀਂ ਬੁਲਾਇਆ ਹੋ, ਤੇਰੇ ਇਸ ਨੂਰ ਨੇ ਬੁਲਾਇਆ ਹੋਣਾ। ਬੇਬੇ ਅਸੀਂ ਪਛਾਣੀਏ ਨਾ ਪਛਾਣੀਏ, ਪਰ ਜਿਹਨੂੰ ਇਹ ਬਖਸ਼ਿਸ਼ ਕਰ ਦੇਵੇ ਨਾ, ਆ ਤੇਰਾ ਲਖਤੇ ਜਿਗਰ ਜਿਹਦੇ ਤੇ ਬਖਸ਼ਿਸ਼ ਕਰ ਦੇਵੇ, ਜਿਸ ਨੂੰ ਤੂੰ ਜਣਾਏ ਸੋਹੀ ਜਨ, ਜਿਹਨੂੰ ਇਹ ਆਪਣਾ ਆਪਾ ਦਿਖਾਣ ਤੇ ਆ ਜਾਵੇ ਉਹੀ ਇਹਨੂੰ ਪਛਾਣ ਸਕਦਾ, ਵਰਨਾ ਦੂਸਰਾ ਕੋਈ ਨਹੀਂ ਪਛਾਣ ਸਕਦਾ। ਆਖੋ ਸਤਨਾਮ। ਕੋਈ ਨਹੀਂ ਪਛਾਣ ਸਕਦਾ। ਅੱਜ ਵੀ ਸਾਡੇ ਵਿੱਚੋਂ ਕਈ ਐਸੇ ਨੇ, ਨਹੀਂ ਭਾਵਨਾ ਬਣਦੀ ਬਾਜਾਂ ਵਾਲੇ ਦੇ ਉੱਪਰ, ਬਾਜਾਂ ਵਾਲੇ ਨੂੰ ਬਸ ਉੱਥੇ ਤੱਕ, ਆਵਰ 10th ਗੁਰੂ। ਆਖੋ ਸਤਨਾਮ। ਸਾਡੇ 10ਵੇਂ ਤੇ ਕਈਆਂ ਦੀ ਭਾਵਨਾ ਇੱਥੇ ਤੱਕ ਬਣਦੀ ਕਿ ਪਾਰ ਬ੍ਰਹਮ ਅਪਰੰਪਰ ਸਤਿਗੁਰ। ਆਖੋ ਸਤਨਾਮ। ਜਿਹੜਾ ਪਾਰ ਬ੍ਰਹਮ ਅਪਰੰਪਰ ਹੈ, ਪਰੇ ਤੋਂ ਪਰੇ ਹੈ, ਪਰੇ ਤੋਂ ਪਰੇ, ਉਹ ਪਾਰ ਬ੍ਰਹਮ ਕੌਣ ਹੈ? ਮੇਰਾ ਸਤਿਗੁਰ ਬਾਜਾਂ ਵਾਲਾ ਹੈ। ਆਖੋ ਸਤਨਾਮ। ਪਾਤਸ਼ਾਹ ਕਹਿੰਦੇ ਪਾਰ ਬ੍ਰਹਮ ਅਪਰੰਪਰ ਸਤਿਗੁਰ, ਆਹ ਜਿਸ ਸਿਮਰਤ ਮਨ ਸੀਤ ਲਾਇਨ, ਸੀਤ ਲਾਇਨ। ਵੀਰੇ ਕੋਈ ਠੱਗੀ ਨਾ ਹੋ ਜਾਵੇ, ਵੀਰਾ ਜੀ ਕੋਈ ਠੱਗੀ ਨਾ ਹੋ ਜਾਵੇ। ਕਹਿੰਦੇ ਬੇਬੇ ਠੱਗੀ ਕੀ ਹੋਣੀ, ਉਹ ਤਾਂ ਆਪ ਠਗਾਏ ਬੈਠੇ, ਜੰਮ ਨਹੀਂ ਮੈਂ ਲੈਂਦਾ। ਦੇਵਾਲ ਮਖਮਲੀ ਕੱਪੜੇ ਦੇ ਵਿੱਚ ਲਪੇਟਿਆ ਗੋਬਿੰਦ ਰਾਏ ਜੀ ਨੂੰ ਲੈ ਗਏ। ਇੱਕ ਝਲਕ ਦੀ ਖਾਤਰ ਦੇਖ ਲਓ ਕਿੱਡੀਆਂ ਮਸ਼ਕਤਾਂ ਘਾਲੀਆਂ, ਦੀਦਾਰੇ ਦੀ ਇੱਕ ਝਲਕ ਵਾਸਤੇ ਤਰਸੇ ਹੋਏ ਨੇ, ਸਹਿਕੇ ਹੋਏ ਨੇ, ਤੜਫੇ ਹੋਏ ਨੇ, ਕਦੇ ਇੱਧਰ ਵੇਖਦੇ ਕਦੇ ਇੱਧਰ ਵੇਖਦੇ, ਹੁਣੇ ਆਏ ਕੀ ਆਏ। ਆਖੋ ਸਤਨਾਮ। ਹੁਣੇ ਆਏ ਕੀ ਆਏ, ਹੁਣੇ ਆਏ ਕੀ ਆਏ। ਜਾਂ ਮਾਮਾ ਕਿਰਪਾਲ ਚੰਦ ਜੀ ਸਾਹਮਣੇ ਨਜ਼ਰ ਆਏ, ਬਾਲ ਚੁੱਕੇ, ਮਨ ਖਿੜ ਗਿਆ, ਪੀਰ ਭੀਖ
ਲੱਖਣ ਸ਼ਾਹ ਜੀ ਦਾ ਮਨ ਖਿੜ ਗਿਆ, ਬਈ ਵਾਹ ਅੱਜ ਅੱਲਾ ਦੇ ਨੂਰ ਦੇ ਦੀਦਾਰੇ ਕੋਲ ਲਿਆਂਦਾ, ਸੋਹਣੀ ਮੂਰਤ ਦੇ ਜਦੋਂ ਦਰਸ਼ਨ ਕੀਤੇ ਆਹਾ ਹਾ ਹਾ, ਤਨ ਮਨ ਹੋਏ ਨਿਹਾਲ, ਜਾਂਗੁਰ ਦੇਖਾ ਨੈਣ ਕਟੋਰੇ ਭਰ ਆਏ, ਛਲਕ ਪਏ ਭੁੱਬਾਂ ਨਿਕਲ ਆਈਆਂ, ਵੈਰਾਗ ਚ ਆ ਗਏ ਪੀਰ ਭੀਖਣ ਸ਼ਾਹ ਜੀ, ਤੇ ਜਿਹੜੇ ਨੰਨੇ ਨੰਨੇ ਚਰਨ ਸਨ ਨਾ, ਨੰਨੇ ਨੰਨੇ ਬਾਜਾਂ ਵਾਲੇ ਦੇ ਚਰਨ, ਉਹ ਚਰਨ ਪਕੜ ਕੇ ਮੱਥੇ ਤੇ ਲਾ ਕੇ ਚੁੰਮਣ ਲੱਗੇ, ਆਖੋ ਸਤਨਾਮ। ਮੱਥੇ ਲਾ ਕੇ ਚੁੰਮਣ ਲੱਗੇ ਤੇ ਮੁਰੀਦਾਂ ਨੂੰ ਕਹਿਣ ਲੱਗੇ, ਕਹਿੰਦੇ ਤੁਹਾਨੂੰ ਡਿੱਠਿਆ ਹੀ ਪ੍ਰਤੀਤ ਆਣੀ ਸੀ, ਬਿਨਾਂ ਡਿੱਠਿਆਂ ਤੁਹਾਨੂੰ ਪ੍ਰਤੀਤ ਨਹੀਂ ਆਣੀ ਸੀ ਕਿ ਇਹ ਅੱਲਾ ਦੇ ਨੂਰ ਨੇ, ਆ ਕਰ ਲਓ ਬਾਈ ਦਰਸ਼ਨ ਕਰ। ਸਾਰੇ ਮੁਰੀਦ ਚੁੱਪ, ਕਹਿੰਦੇ ਮੈਨੂੰ ਪਤਾ ਹੈ ਹਾਲੇ ਵੀ ਤੁਹਾਡੇ ਅੰਦਰ ਪ੍ਰਤੀਤ ਨਹੀਂ ਆਈ, ਹਾਲੇ ਵੀ ਤੁਹਾਡੇ ਅੰਦਰ ਪ੍ਰਤੀਤ ਨਹੀਂ ਆਈ, ਤੇ ਸੱਚ ਜਾਣਨਾ ਪ੍ਰਤੀਤ ਉਹਨਾਂ ਦੇ ਆਉਂਦੀ ਹੈ ਜਿਨ੍ਹਾਂ ਦੇ ਮਨ ਸਾਫ ਹੋਣ, ਆਖੋ ਸਤਨਾਮ। ਇਹ ਵੀ ਗੱਲ ਪੱਕੀ, ਇਹ ਵੀ ਗੱਲ, ਮੈਲੇ ਮਨ ਵਾਲੇ ਦੇ ਮਨ ਦੇ ਵਿੱਚ ਪ੍ਰਤੀਤ ਆਏਗੀ ਵੀ ਨਹੀਂ ਜੀ, ਆਏਗੀ ਵੀ ਨਹੀਂ, ਜੇ ਮਨ ਮੈਲਾ ਪ੍ਰਤੀਤ ਆ ਵੀ ਨਹੀਂ ਸਕਦੀ, ਆ ਵੀ ਨਹੀਂ ਸਕਦੀ। ਕਹਿੰਦੇ ਮੈਨੂੰ ਪਤਾ ਸੀ ਪ੍ਰਤੀਤ ਨਹੀਂ, ਤੁਹਾਨੂੰ ਫਿਰ ਤਰੀਕੇ ਦੇ ਨਾਲ ਸਮਝਾਉਂਦੇ ਆ। ਦੋ ਕੁਜੀਆਂ ਕੱਢੀਆਂ, ਇਹ ਆਪ ਜੀ ਨੇ ਸਰਵਣ ਕੀਤਾ ਹੈ, ਦੋ ਕੁਜੀਆਂ ਕੱਢੀਆਂ ਤੇ ਮੁੱਖ ਕਰ ਲਏ ਆਪਣੇ ਮੁਰੀਦਾਂ ਵਾਲੇ ਪਾਸੇ, ਕਹਿੰਦੇ ਭਾਈ ਇਹ ਬੱਚਾ ਤੁਹਾਡੀ ਨਿਗਾਹ ਦੇ ਵਿੱਚ ਇਹ ਬਾਲ ਹੈ, ਇਹਨੂੰ ਕੁਝ ਨਹੀਂ ਪਤਾ, ਇਹਨੂੰ ਕੋਈ ਸੋਝੀ ਨਹੀਂ। ਕਹਿੰਦੇ ਆਹ ਕੁਜੀ ਜਿਹੜੀ ਮੁਸਲਮਾਨਾਂ ਦੀ, ਆ ਕੁਜੀ ਹਿੰਦੂਆਂ ਦੀ, ਇਸ ਬੱਚੇ ਦੇ ਅੱਗੇ ਕਰਦੇ ਹਾਂ, ਜੇ ਇਸ ਕੁਜੀ ਦੇ ਹੱਥ ਲਾ ਦਿੱਤਾ ਤੇ ਇਹ ਮੁਸਲਮਾਨਾਂ ਦੇ ਰਹਿਬਰ, ਜੇ ਇੱਧਰ ਹੱਥ ਲਾ ਦਿੱਤਾ ਤੇ ਇਹ ਹਿੰਦੂਆਂ ਦੇ ਪੀਰ, ਆਖੋ ਸਤਨਾਮ, ਇਹ ਹਿੰਦੂਆਂ ਦੇ ਮਾਲਕ। ਕਹਿੰਦੇ ਠੀਕ ਹੈ, ਕਹਿੰਦੇ ਠੀਕ ਹੈ, ਹੁਣ ਜਾ। ਦੋ ਕੁਜੀਆਂ ਅੱਗੇ ਕੀਤੀਆਂ, ਮਨ ਹੀ ਮਨ ਅਰਦਾਸ ਕੀਤੀ ਪੀਰ ਭੀਖਣ ਸ਼ਾਹ ਜੀ ਨੇ, ਹੇ ਅੱਲਾ ਦੇ ਨੂਰ ਸਾਨੂੰ ਦੱਸਣਾ ਕਰੋ ਤੁਸੀਂ ਕਿਹਨਾਂ ਦੇ, ਮੁਸਲਮਾਨਾਂ ਦੇ ਕਿ ਹਿੰਦੂਆਂ ਦੇ, ਆਖੋ ਸਤਨਾਮ, ਕਿਹਨਾਂ ਦੇ ਹੋ। ਤੇ ਮੇਰੇ ਬਾਜਾਂ ਵਾਲੇ ਨੇ ਵੇਖੋ ਖੇਡ ਖੇਡ ਦੇ ਵਿੱਚ ਉਹ ਰੇਸ਼ਮੀ ਦੁਸ਼ਾਲੇ ਦੇ ਵਿੱਚੋਂ ਬਾਹਾਂ ਕੱਢੀਆਂ, ਖੇਡ ਖੇਡ ਦੇ ਵਿੱਚ ਦੋਨੋਂ ਹੱਥ ਦੋਨੋਂ ਕੁਜੀਆਂ ਤੇ ਰੱਖ ਦਿੱਤੇ, ਆਖੋ ਸਤਨਾਮ। ਜਦੋਂ ਦੋਨੋਂ ਕੁਜੀਆਂ ਤੇ ਹੱਥ ਰੱਖ ਦਿੱਤੇ, ਰਮਜੀ ਸਵਾਲ ਸੀ ਤੇ ਮਹਾਰਾਜ ਨੇ ਰਮਜੀ ਜਵਾਬ ਦੇ ਦਿੱਤਾ। ਜਦੋਂ ਦੋਨੋਂ ਕੁਜੀਆਂ ਤੇ ਹੱਥ ਗਿਆ, ਮੁਰੀਦ ਹਿੱਲ ਗਏ, ਸਾਰੇ ਹਿੱਲ ਗਏ, ਸਾਰਿਆਂ ਦੀਆਂ ਭੁੱਬਾਂ ਨਿਕਲ ਆਈਆਂ, ਪ੍ਰਤੀਤ ਹੋ ਗਿਆ ਕਿ ਆਪ ਪੂਰੇ ਨੇ। ਪੀਰ ਭੀਖਣ ਸ਼ਾਹ ਜੀ ਕਹਿਣ ਲੱਗੇ, ਵੇਖ ਲਓ ਉਹ ਮੈਨੂੰ ਤਾਂ ਪਤਾ ਸੀ ਤੁਹਾਡੀ ਖਾਲੀ ਪ੍ਰਤੀਤ ਬਣ ਆਵੇ, ਤੁਹਾਡੀ ਭਾਵਨਾ ਬਣ ਆਵੇ, ਭੋਲਿਓ ਵੇਖ ਲਓ ਇਹ ਨਾ ਹਿੰਦੂਆਂ ਦੇ ਨਾ ਮੁਸਲਮਾਨਾਂ ਦੇ,
ਇਹ ਮਨੁੱਖਤਾ ਦੇ ਸਾਂਝੇ ਰਹਿਬਰ ਨੇ, ਆਖੋ ਸਤਨਾਮ। ਇਹ ਸਾਰੀ ਮਨੁੱਖਤਾ ਦੇ ਸਾਂਝੇ ਰਹਿਬਰ ਨੇ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨ ਪਾਏ। ਇਹ ਸਾਂਝੀ ਮਨੁੱਖਤਾ ਦੇ, ਇਹ ਸਾਰੀ ਮਨੁੱਖਤਾ ਦੇ ਸਾਂਝੇ ਰਹਿਬਰ, ਪੂਰੀ ਮਨੁੱਖਤਾ ਦੇ ਸਾਂਝੇ ਰਹਿਬਰ। ਹੁਣ ਪ੍ਰਤੀਤ ਆ ਗਈ ਸਾਰਿਆਂ ਨੂੰ, ਕਹਿੰਦੇ ਆ ਗਈ ਪ੍ਰਤੀਤ, ਕਹਿੰਦੇ ਮਹਾਰਾਜ ਆ ਗਈ, ਤੁਸੀਂ ਠੀਕ ਕਹਿੰਦੇ ਸੋ, ਇਹ ਅੱਲਾ ਦੇ ਦੂਰ ਸੰਸਾ ਦੂਰ ਹੋ ਗਿਆ ਜੀ, ਹੋ ਗਿਆ, ਚਲੀਏ ਹੁਣ ਦੀਦਾਰੇ ਕਰ ਲੈ, ਹੁਣ ਚਲੀਏ। ਉਹ ਮੁਰੀਦਾਂ ਨੇ ਹੱਥ ਜੋੜੇ, ਕਹਿੰਦੇ ਪੀਰ ਜੀ, ਜੇ ਚਾਨਣ ਹੋ ਹੀ ਗਿਆ, ਜੇ ਪਤਾ ਲੱਗ ਗਿਆ ਕਿ ਇਹ ਸਾਡੇ ਸਾਹਮਣੇ ਬਾਲਕ ਅੱਲਾ ਦਾ ਨੂਰ ਹੈ, ਉਹ ਆਪ ਹੈ ਆਪ, ਤੇ ਐਡੇ ਵੱਡੇ ਦਰ ਤੋਂ ਫਿਰ ਖਾਲੀ ਜਾਈਏ। ਆਖੋ ਸਤਨਾਮ। ਐਡੇ ਵੱਡੇ ਦਰ ਤੋਂ, ਬਾਜਾਂ ਵਾਲੇ ਦੇ ਦਰ ਤੋਂ, ਐਡੇ ਵੱਡੇ ਦਰ ਤੋਂ ਕੀ ਖਾਲੀ ਜਾਈਏ? ਕਹਿੰਦੇ ਕੀ ਚਾਹੀਦਾ? ਕਹਿੰਦੇ ਪੀਰ ਜੀ, ਇਸ ਦੁਨੀਆਂ ਦੇ ਸਭ ਤੋਂ ਵੱਡੀ ਦਾਤ ਅਗਰ ਕੋਈ ਹੈ ਤੇ ਉਹ ਸਾਨੂੰ ਅੱਜ ਸਾਡੀ ਝੋਲੀ ਚ ਪਵਾ ਦਿਓ। ਆਖੋ ਸਤਨਾਮ। ਧਿਆਨ ਦੇਣਾ, ਕਹਿਣ ਲੱਗੇ ਕਹਿੰਦੇ ਪੀਰ ਜੀ, ਜਿਹੜੀ ਵੀ ਦੁਨੀਆਂ ਦੇ ਸਭ ਤੋਂ ਵੱਡੀ ਸ਼ੈ ਹੈ ਉਹ ਸਾਡੀ ਝੋਲੀ ਦੇ ਵਿੱਚ ਪਵਾ ਦਿਓ, ਸਾਡੀ ਝੋਲੀਆਂ ਭਰਵਾ ਦਿਓ। ਆਖੋ ਸਤਨਾਮ। ਪੀਰ ਭੀਖਣ ਸ਼ਾਹ ਜੀ ਦੇ ਨੇਤਰ ਭਰ ਆਏ, ਮਾਮਾ ਕਿਰਪਾਲ ਜੀ ਨੂੰ ਕਹਿਣ ਲੱਗੇ, ਕਹਿਣ ਲੱਗੇ ਕਹਿੰਦੇ ਪਿਆਰਿਆ, ਬਹੁਤ ਕਿਰਪਾ ਕੀਤੀ, ਰੂਹਾਨੀ ਚਿਹਰੇ ਦੇ ਦਰਸ਼ਨ ਕਰਾਏ ਨੀ, ਅੱਲਾ ਦੇ ਨੂਰ ਦੇ ਦਰਸ਼ਨ ਕਰਾਏ, ਹੁਣ ਇੱਕ ਕੰਮ ਹੋਰ ਕਰ ਦੇ, ਇੱਕ ਮਨਸਾ ਸਾਡੀ ਹੋਰ ਪੂਰੀ ਕਰ ਦੇ। ਕਹਿੰਦੇ ਦੱਸੋ ਪੀਰ ਜੀ ਕੀ ਚਾਹੀਦਾ? ਕਹਿੰਦੇ ਨਾ ਨਾ ਕਰੀ ਪਿਆਰਿਆ, ਨਾ ਨਾ ਕਰੀ। ਕਹਿੰਦੇ ਦੱਸੋ ਨਾ ਕੀ ਚਾਹੀਦਾ? ਬਹੁਤ ਦੂਰ ਤੋਂ ਆਏ ਆ, ਦਰ ਦੇ ਸਵਾਲੀ ਹਾਂ, ਨਾ ਨਾ ਕਰੀ ਕੀ ਚਾਹੀਦਾ ਦੱਸੋ? ਕਹਿੰਦੇ ਇਸ ਬਾਲਕ ਦੇ ਚਰਨ ਧੋ ਕੇ, ਚਰਨ ਧੋ ਕੇ ਸਾਨੂੰ ਉਹ ਚਰਨਾ ਅੰਮ੍ਰਿਤ ਪਿਲਾ ਦਿਓ। ਆਖੋ ਸਤਨਾਮ। ਚਰਨਾ ਅੰਮ੍ਰਿਤ ਪਿਲਾ। ਪੀਰ ਭੀਖਣ ਸ਼ਾਹ ਜੀ ਤਾਂ ਅੱਗੇ ਹੀ ਭਰੇ ਹੋਏ ਸਨ, ਹੁਣ ਜਦੋਂ ਕਿਰਪਾ ਹੋ ਗਈ ਕਹਿੰਦੇ ਹੋਰ ਬਖਸ਼ਿਸ਼ ਦੇ ਨਾਲ ਲਿਬਰੇਜ਼ ਹੋ ਗਏ। ਆਖੋ ਸਤਨਾਮ। ਹੋਰ ਬਖਸ਼ਿਸ਼ ਨਾਲ ਲਿਬਰੇਜ਼, ਸਾਰਿਆਂ ਨੂੰ ਕਿਰਪਾ ਮਿਲੀ। ਪੀਰ ਭੀਖਣ ਸ਼ਾਹ ਜੀ ਹੁਣ ਜਾ ਰਹੇ, ਬਾਵਾਂ ਉਲਾਰਦੇ ਉਲਾਰਦੇ ਜਾ ਰਹੇ, ਦੁਨੀਆਂ ਦੇ ਲੋਕਾਂ ਨੂੰ ਕਹਿ ਰਹੇ, ਉਹ ਦੁਨੀਆਂ ਦੇ ਲੋਕੋ, ਜੇ ਅੱਲਾ ਦੇ ਨੂਰ ਦੇ ਦਰਸ਼ਨ ਕਰਨੇ ਕਰੋ, ਪਟਨੇ ਦੀ ਧਰਤੀ ਤੇ ਜਾ ਕੇ ਅੱਲਾ ਦਾ ਨੂਰ ਅਵਤਾਰ ਧਾਰ ਕੇ ਆਇਆ ਜੇ। ਆਖੋ ਸਤਨਾਮ। ਫਿਰ ਕਹਿੰਦੇ ਜਾ ਰਹੇ, ਜਾਓਗੇ ਤੇ ਯਕੀਨ ਰੱਖ ਕੇ ਦਰਸ਼ਨ ਕਰਿਓ, ਯਕੀਨ ਰੱਖ ਕੇ। ਓਏ ਜਿਨ੍ਹਾਂ ਦੇ ਯਕੀਨ ਬਣੇ ਹੁੰਦੇ ਨੇ ਬੇੜੇ, ਉਹਨਾਂ ਦੇ ਪਾਰ ਹੁੰਦੇ, ਜਿਨ੍ਹਾਂ ਕੋਲ ਯਕੀਨ ਨਹੀਂ ਹੈ ਉਹ ਕਹਿੰਦੇ ਅੱਜ ਵੀ ਡੁੱਬੇ ਤੇ ਕੱਲ ਵੀ ਡੁੱਬੇ। ਆਖੋ ਸਤਨਾਮ। ਯਕੀਨ ਰੱਖ ਕੇ ਦਰਸ਼ਨ ਕਰਿਓ, ਯਕੀਨ ਰੱਖ ਕੇ। ਸੰਗਤ ਜੀ, ਆ ਸਾਖੀ ਆਪ ਜੀ ਨੇ ਸਰਵਣ ਕੀਤੀ, ਪੀਰ ਭੀਖਣ ਸ਼ਾਹ ਜੀ ਕਿੱਧਰ ਪਟਿਆਲੇ ਦੀ ਧਰਤੀ ਤੇ ਕਿੱਧਰ ਸਾਧ ਸੰਗਤ ਬਿਹਾਰ ਦੀ ਧਰਤੀ,
ਉਹਨਾਂ ਨੂੰ ਸਾਹਿਬ ਨੇ ਦਿਖਾਇਆ, ਅੰਤਸ਼ਕਰਨ ਸਾਫ ਸੀ ਨਾ, ਉਹਨਾਂ ਨੂੰ ਦਿਖਾਇਆ ਆਪਣੇ ਦੀਦਾਰੇ, ਆਪਣੇ ਦੀਦਾਰੇ, ਦੀਦਾਰਿਆਂ ਦਾ ਰਸ ਚਖਾਇਆ। ਬਈ ਜੇ ਹੁਣ ਵੀ ਸਾਡੀਆਂ ਅੱਖਾਂ ਨਾ ਖੁੱਲੀਆਂ ਤੇ ਫਿਰ ਕਿੱਥੇ ਜਾਵਾਂਗੇ? ਆਖੋ ਸਤਨਾਮ। ਆ ਦੂਜੇ ਪਛਾਣ ਕੇ ਲੈ ਜਾਣ ਤੇ ਸਾਨੂੰ ਜਿਹਨਾਂ ਨੂੰ ਸਿੱਖੀ ਵਿਰਾਸਤ 'ਚ ਮਿਲੀ ਅਸੀਂ ਰਹਿ ਜਾਈ, ਅਸੀਂ ਰਹਿ ਜਾਈ। ਮਨ ਕਰਕੇ ਬੋਲਿਓ, ਯਕੀਨ ਕਰਕੇ ਜਾਣਿਓ, ਪਾਰ ਬਰਮ ਸੋਦੇ ਸਿਮਰਤ ਵੇਦ, ਨਾਨਕ ਸੋਦੇ ਸਿਮਰਤ ਵੇਦ, ਨਾਨਕ ਸੋਦੇ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਰੋ ਅਤੇ ਅੱਗੇ ਸ਼ੇਅਰ ਜ਼ਰੂਰ ਕਰੋ ਜੀ।